ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣਾਂ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸੋ ਕੀ ਗਤ ਇਹੀ ਵਾਹਿਗੁਰੂ ਸਾਹਿਬ ਜੀਉ ਰਾਗ ਗੁੰਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲ ਅਸੰਤ ਮਸਟ ਕਰ ਰਹੀ ਐ ਬਾਬਾ ਬੋਲਣਾ ਕਿਆ ਕਹੀਐ ਜੈਸੇ RAM ਨਾਮ ਰਵ ਰਹੀ ਐ ਰਹਾ ਸੰਤਨ ਸਿਉ बोले उपकारी मूर्ख सों बोले जखमारी बोलत बोलत बढे बेकार बिन बोले क्या करहे बिचारा ਕਹੋ ਕਬੀਰ ਸੁਸ਼ਾ ਘਟ ਬੋਲੇ ਭਰਿਆ ਹੋਏ ਸੁ ਕਬ ਹੂ ਨਾ ਡੋਲੇ ਕਹੋ ਕਬੀਰ ਸੁਸ਼ਾ ਘਟ ਬੋਲੇ ਭਰਿਆ ਹੋਏ ਸੁ ਕਬਹੂ ਨਾ ਡੁਲੇ ਚਬਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਪਿਆਰ ਵਾਲੇ ਵਡਪਾਗੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅਮਰਤ ਵੇਲੇ ਉਸ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਆਪ ਜੀ ਜੁੜੇ ਹੋ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਲੜੀਵਾਰ ਚੱਲ ਰਹੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਆਓ ਗੁਰਮਖੋ ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 870 ਅੰਗ ਉੱਪਰ ਸੁਭਾਏਮਾਨ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਗੋੰਡ ਰਾਗ ਦੇ ਵਿੱਚ ਭਗਤਾਂ ਦੀ ਜੋ ਬਾਣੀ ਦੀ ਅਰੰਭਤਾ ਹੋਈ ਹੈ ਇਹ ਸ਼ਬਦ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿਸ ਵਿੱਚ ਉਹਨਾਂ ਨੇ ਸੰਸਾਰੀ ਮਨੁੱਖਾਂ ਨੂੰ ਸਾਡੇ ਕਲਯੁਗੀ ਜੀਵਾਂ ਨੂੰ ਇਹ ਸਮਝਾਇਆ ਹੈ ਕਿ ਜਦੋਂ ਕੋਈ ਭਲਾ ਬੰਦਾ ਮਿਲੇ ਤੇ ਉਹਦੇ ਨਾਲ ਬੋਲਣਾ ਕੀ ਹੈ ਤੇ ਕੀ ਸਿੱਖਣਾ ਹੈ ਮਾੜਾ ਦੁਨੀਆ ਦਾ ਬੰਦਾ ਮਿਲ ਜਾਏ ਤੇ ਉਹਦੇ ਨਾਲ ਕਿੱ사 ਆਪਣੇ ਆਪ ਨੂੰ ਡੀਲ ਕਰਨਾ ਹੈ ਆਪਣੇ ਆਪ ਨੂੰ ਉਹਦੇ ਨਾਲ ਕਿਸ ਤਰੀਕੇ ਨਾਲ ਪੇਸ਼ ਕਰਨਾ ਹੈ ਇਹ ਸਮਝਾਇਆ ਕਿ ਜਦੋਂ ਭਲਾ ਬੰਦਾ ਮਿਲੇ ਤੇ ਉਹ ਕੋਈ ਸਿੱਖਦਾ ਆ ਕੋਈ ਸਿਖਾਉਂਦਾ ਆ ਮਾੜਾ ਬੰਦਾ ਮਿਲੇ ਤੇ ਵਿਕਾਰਾਂ ਦੇ ਰਾਹ ਤੁਰਿਆ ਹੋਇਆ ਤੇ ਉਧਰ ਨੂੰ ਹੋਰਾਂ ਨੂੰ ਤੋਰਨ ਵਾਲਾ ਬੰਦਾ ਮਿਲ ਜਾਏ ਤੇ ਇਹਦੇ ਨਾਲ ਉਹ ਚੰਗਾ ਵੀ ਉਹਦੇ ਨਾਲ ਬੰਦਾ ਚੁੱਪ ਕਰ ਜਾਏ ਭਾਵ ਚੰਗਾ ਮਿਲਿਆ ਹੈ ਤੇ ਜਰੂਰ ਵਿਚਾਰ ਕਰੀਏ ਪਰ ਇਹ ਵੀ ਨਹੀਂ ਉਹਨਾਂ ਨੇ ਕਿਹਾ ਵੀ ਜੇ ਕੋ ਮਾੜਾ ਤੇ ਨਫ਼ਰਤ ਕਰਨੀ ਹੈ ਇਹ ਕਿਹਾ ਵੀ ਉਹਨੂੰ ਮਾੜਾ ਕਹਿਣ ਦੀ ਬਜਾਏ ਆਪ ਚੁੱਪ ਹੋ ਜਾ ਆਓ ਇਸ ਪਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਦੇਹੋ ਅਸੀਂ ਇਸ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੋਂਡ ਬਾਣੀ ਭਗਤਾਂ ਕੀ ਗੋਂਡ ਰਾਗ ਹੈ ਭਗਤਾਂ ਦੀ ਬਾਣੀ ਦੀ ਅਰੰਭਤਾ ਹੈ ਕਬੀਰ ਜੀ ਘਰ ਪਹਿਲਾ ਕਬੀਰ ਜੀ ਦਾ ਸ਼ਬਦ ਉਚਾਰਨ ਕੀਤਾ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਸਭ ਜਗ੍ਹਾ ਤੇ ਰਮਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ ਸ਼ਬਦ ਦੀ ਅਰੰਭਤਾ ਹੈ ਜੋ ਜੋ ਮਨੁੱਖ ਨੇ ਹੋਸ਼ ਸੰਭਾਲੀ ਆਪਣੀ ਹੋਸ਼ ਦੇ ਵਿੱਚ ਮਨੁੱਖ ਨੇ ਬੋਲਣਾ ਸਿੱਖਿਆ ਬਹੁਤ ਆ ਦੁਨੀਆ ਅੱਜ ਬੋਲਣਾ ਸਿੱਖ ਗਈ ਹੈ ਤੇ ਅਸੀਂ ਉਦੋਂ ਵੀ ਖੁਸ਼ ਹੁੰਨੇ ਆ ਜਦੋਂ ਸਾਡਾ ਕੋਈ ਬੱਚਾ ਬੋਲਣਾ ਸਿੱਖ ਜਾਏ ਕਹਿੰਨੇ ਆ ਵੀ ਬੜਾ ਵਧੀਆ ਬੋਲਣ ਲੱਗ ਪਿਆ ਪਹਿਲੀ ਗੱਲ ਤੇ ਉਹਦੇ ਤੋਤਲੇ ਬੋਲਾਂ ਤੋਂ ਹਾਸਾ ਆਉਂਦਾ ਹੈ ਜਦੋਂ ਉਸ ਦੀ ਬੋਲੀ ਵਿੱਚ ਥੋੜਾ ਜਿਹਾ ਫਰਕ ਆਉਂਦਾ ਹੈ ਨਾ ਉਹ ਆਪਣੇ ਘਰ ਦੇਆਂ ਤੋਂ ਆਪਣੇ ਪਰਿਵਾਰ ਦੇ ਜੀਆਂ ਤੋਂ ਜਿਹੋ ਜਿਹਾ ਘਰ ਦੀ ਸ਼ਬਦਾਵਲੀ ਵਰਤਦੇ ਉਹੋ ਜਿਹਾ ਬੋਲ ਜਦੋਂ ਬੋਲਣ ਲੱਗ ਪੈਂਦਾ ਅਸੀਂ ਉਦੋਂ ਵੀ ਹੱਸਦੇ ਹਾਂ ਜਦੋਂ ਕੋਈ ਬੱਚਾ ਆਪਣੇ ਪਿਓ ਕੋਲੋਂ ਗਾਣਾ ਸਿੱਖ ਜਾਏ ਨਾ ਬੋਲਣੀਆਂ ਉਦੋਂ ਹੱਸਦੇ ਤੇ ਜ਼ਰੂਰ ਆ ਪਰ ਜਦੋਂ ਉਹਦੀ ਜ਼ੁਬਾਨ ਤੋਂ ਸ਼ਬਦ ਪੱਕ ਜਾਂਦੇ ਆ ਵੱਡਾ ਹੋ ਜਾਂਦਾ ਤੇ ਫਿਰ ਅਸੀਂ ਉਹਨੂੰ ਰੋਕਦੇ ਵੀ ਤੂੰ ਗਾਲ ਨਾ ਕੱਢ ਕਾਰਨ ਕੀ ਆ ਉਹ ਜਦੋਂ ਰੋਕਣ ਦਾ ਵੇਲਾ ਸੀ ਉਦੋਂ ਹਟਾਇਆ ਨਹੀਂ ਹੁਣ ਉਹ ਸ਼ਬਦ ਪੱਕ ਗਏ ਨੇ ਹੁਣ ਉਹ ਹਟਾਉਣ ਦੀ ਖੁਦ ਵੀ ਕੋਸ਼ਿਸ਼ ਕਰੇ ਤੇ ਉਹਨੂੰ ਵੀ ਔਖਾ ਲੱਗਣਾ ਸੱਚ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇਹੋ ਤੇ ਜ਼ਿੰਦਗੀ ਦਾ ਅਸਲ ਨਿਯਮ ਸੀ ਵੀ ਇਹ ਵੇਖਣਾ ਸੀ ਕਿ ਬੋਲਣਾ ਸਿੱਖ ਕੀ ਰਿਹਾ ਤੇ ਬੋਲਣਾ ਸਿਖਾਇਆ ਕੀ ਜਾ ਰਿਹਾ ਜਿੱਦਨ ਬੰਦੇ ਨੂੰ ਬੋਲਣਾ ਆ ਗਿਆ ਨਾ ਉਹ ਦਿਨ ਰੱਬ ਨਾਲ ਸਿੱਧੀ ਗੱਲ ਹੋ ਜਾਣੀ ਉਦਾਂ ਤਾਂ ਦੁਨੀਆਂ 'ਚ ਬਹੁਤ ਸਾਰੀ ਹੈ ਕੋਈ ਬੋਲਿਆ ਨਿਰਵਾ ਕੋਈ ਬੋਲਿਆ ਦੂਰ ਬਹੁਤ ਦੁਨੀਆਂ ਰੱਬ ਦੀਆਂ ਗੱਲਾਂ ਕੋਈ ਕਹਿੰਦਾ ਰੱਬ ਬੜਾ ਹੀ ਨੇੜੇ ਆ ਤੇ ਕੋਈ ਕਹਿੰਦਾ ਬੜੀ ਦੂਰ ਆ ਰੱਬ ਤਾਂ ਲੱਗਦਾ ਕਿਤੇ ਹੈ ਹੀ ਨਹੀਂ ਆਪੋ ਆਪਣਾ ਬੋਲਣ ਦਾ ਢੰਗ ਆਪੋ ਆਪਣਾ ਨਜ਼ਰੀਆ ਆਪੋ ਆਪਣੀ ਵਿਚਾਰ ਸਮਝ ਸੋਚ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਬੋਲਿਆ ਨਿਰਵਾ ਕੋਈ ਬੋਲਿਆ ਦੂਰ ਜਲ ਕੀ ਮਛਲੀ ਚੜਿਆ ਖਜੂਰ ਕੋਈ ਗੱਲਾਂ ਨਾਲ ਇਹ ਹੋ ਜੀਆਂ ਦਲੀਲਾਂ ਝੂਠੀਆਂ ਲਈ ਜਾਂਦਾ ਵੀ ਪਾਣੀ 'ਚ ਰਹਿਣ ਵਾਲੀ ਮੱਛੀ ਨੂੰ ਖਜੂਰ ਤੇ ਟੰਗੀ ਤੁਰਿਆ ਹੁੰਦਾ ਪਾਬ ਜਿਹੜੀ ਗੱਲ ਜਿਹੜੀਆਂ ਜਿਹੜੇ ਕੰਮ ਨਹੀਂ ਨਾ ਹੋ ਸਕਦੇ ਗੱਲਾਂ ਨਾ ਬੰਦਾ ਉਹ ਵੀ ਥੱਲੇ ਕਰਨ ਨੂੰ ਤਿਆਰ ਹੈ ਜਿਹਨੂੰ ਸਤਿਗੁਰੂ ਸਾਹਿਬ ਨੇ ਬਾਣੀ 'ਚ ਆਖਿਆ ਨਾ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਘਰਾਵੇ ਨਾ ਰੱਬ ਦੀ ਗੱਲ ਕਦੇ ਸੁਣੀ ਨਾ ਵਿਚਾਰੀ ਪਰ ਗੱਲਾਂ ਨਾ ਸਮਾਨ ਥੱਲੇ ਲਾ ਲੈਂਦਾ ਦੁਨੀਆ ਨੂੰ ਬੋਲਣਾ ਆ ਗਿਆ ਜੀ ਪਰ ਇਹ ਅਜੇ ਤੱਕ ਨਹੀਂ ਪਤਾ ਲੱਗਾ ਵੀ ਕੀ ਬੋਲਣਾ ਹੈ ਕਿੱਥੇ ਬੋਲਣਾ ਹੈ ਕਿਹੋ ਜਿਹਾ ਵਕਤ ਹੈ ਤੇ ਕਿਸ ਵਕਤ ਕੈਸੀ ਗੱਲ ਕਰਨੀ ਚਾਹੀਦੀ ਅਜੇ ਤੱਕ ਪਤਾ ਨਹੀਂ ਲੱਗਾ ਜੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਬਾਬਾ ਬੋਲਣਾ ਕੀ ਕਹੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਜੇ ਬੋਲਣਾ ਸਿੱਖ ਲਿਆ ਤੇ ਬੰਦਿਆ ਫਿਰ ਇਹ ਸੋਚ ਕੀ ਬੋਲਣਾ ਹੈ? ਕਿਆ ਬੋਲੀਏ? ਕੀ ਵਿਚਾਰੀਏ? ਕੀ ਬੋਲਣਾ ਚਾਹੀਦਾ? ਗੁਰੂ ਗ੍ਰੰਥ ਸਾਹਿਬ ਨੂੰ ਐਸੇ ਸਵਾਲ ਕਰਾਂਗੇ ਨਾ ਮਹਾਰਾਜ ਕੀ ਬੋਲੀਏ? ਤਾਂ ਸਤਿਗੁਰੂ ਮਹਾਰਾਜ ਸੱਚੇ ਬਾਚ ਕਹਿੰਦੇ ਨੇ ਜਾਗ ਸਲੋਣੜੀਏ ਬੋਲੇ ਗੁਰਬਾਣੀ ਰਾਮ ਗੁਰੂ ਨੂੰ ਪੁੱਛੋ ਹਾ ਗੁਰੂ ਜਵਾਬ ਦੇਣਗੇ ਵੀ ਆਦਸਾਂ ਕੀ ਬੋਲਣਾ ਹੈ ਇਹ ਵੀ ਦੱਸਣਾ ਹੈ ਸਤਿਗੁਰੂ ਸਾਹਿਬ ਨੇ ਬਹੁਤਾ ਬੋਲਣ ਝਖਣ ਹੋਏ ਅੱਜ ਦਾ ਹੁਕਮਨਾਮਾ ਵੀ ਹੈ ਮਹਾਰਾ ਕਹਿੰਦਾ ਬਹੁਤਾ ਬੋਲਣ ਝਖਣ ਹੋਏ ਇਹ ਵੀ ਚੇਤੇ ਰੱਖੀ ਬਹੁਤਾ ਬੋਲਿਆ ਝੱਖ ਮਾਰਨ ਬਰਾਬਰ ਹੈ ਤੇ ਜੇ ਬੋਲਣਾ ਹੈ ਤੇ ਬੋਲੇ ਗੁਰਬਾਣੀ ਰਾਮ ਐਸਾ ਬੋਲਣਾ ਹੋਵੇ ਸਤਿਗੁਰੂ ਮਹਾਰਾ ਕਹਿੰਦੇ ਬਾਬਾ ਬੋਲਣਾ ਕਿਆ ਕਹੀ ਹੈ ਇਹੋ ਜਿਹਾ ਬੋਲਿਆ ਹੋਵੇ ਜੈਸੇ RAM ਨਾਮ ਰਵ ਰਹੀ ਹੈ ਵੀ ਰੱਬ ਦੇ ਨਾਮ ਵਿੱਚ ਰੰਗੇ ਜਾਈਏ ਇਹੋ ਜਿਹਾ ਸਾਨੂੰ ਬੋਲ ਸਿਖਾ ਇਹੋ ਜਿਹਾ ਬੋਲਣਾ ਆ ਜਾਵੇ ਰੱਬ ਦੇ ਨਾਮ ਵਿੱਚ ਰਵੇਂ ਜਾਈਏ ਕਿਸੇ ਦਾ ਬੋਲ ਸੱਚ ਕਰਕੇ ਅਸੀਨਾ ਚੀਰ ਜਾਂਦਾ ਤੇ ਕਿਸੇ ਦਾ ਬੋਲ ਪਾਟਿਆਂ ਹੋਿਆਂ ਨੂੰ ਵੀ ਜੋੜ ਜਾਂਦਾ ਫਰੀਦ ਸਾਹਿਬ ਵਰਗੇ ਮਹਾਨ ਪੁਰਖ ਜਦੋਂ ਵੀ ਕਿਤੇ ਕਹਿੰਦੇ ਸਨ ਬੋਲਦੇ ਸਨ ਇੱਕ ਛੋਟੀ ਉਦਾਹਰਣ ਦੇ ਦਿਆਂ ਕਹਿੰਦੇ ਭਗਤ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕੰਚੀ ਦਿੱਤੀ ਭੇਟਾ ਕਰ ਦਿੱਤੀ ਕੰਚੀ ਤਾਂ ਕਹਿੰਦੇ ਫਰੀਦ ਸਾਹਿਬ ਨੇ ਅੱਗੋਂ ਬੰਦੇ ਨੂੰ ਕਿਹਾ ਵੀ ਜੇ ਕਿੰਨਾ ਚੰਗਾ ਹੁੰਦਾ ਤੂੰ ਮੈਨੂੰ ਸੂਈ ਦੇ ਕੇ ਜਾਂਦਾ ਉਹ ਕਹਿੰਦਾ ਕੰਚੀ ਵੱਡੀ ਹੁੰਦੀ ਕਿ ਸੂਈ ਵੱਡੀ ਹੁੰਦੀ ਫਰੀਦ ਸਾਹਿਬ ਕਹਿੰਦੇ ਵੱਡੀ ਤਾਂ ਭਾਵੇਂ ਕੰਚੀ ਹੁੰਦੀ ਹੈ ਪਰ ਇਹ ਆ ਵੀ ਇਹ ਫਾੜ ਕੇ ਰੱਖਦੀ ਹੈ ਇਹ ਦੋ ਫਾੜ ਕਰਕੇ ਰੱਖਦੀ ਹੈ ਸੂਈ ਭਾਵੇਂ ਛੋਟੀ ਹੈ ਪਰ ਇੰਨਾ ਪਤਾ ਵੀ ਉਹ ਜੋੜ ਕੇ ਰੱਖਦੀ ਹੈ ਫਰੀਦ ਸਾਹਿਬ ਨੇ ਸਮਝਾਇਆ ਬੰਦੇ ਦੀ ਜ਼ੁਬਾਨ ਜੇ ਕਿਤੇ ਕੈਂਚੀ ਬਣ ਜਾਏ ਤੇ بڑے بڑے ਰਿਸ਼ਤਿਆਂ ਨੂੰ ਦੋ ਫਾੜ ਕਰਕੇ ਰੱਖ ਦਿੰਦੀ ਹੈ ਜੇ ਕਿਤੇ ਇਹ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾ ਚਿਤ ਹਰ ਸੋ ਲਾਗਾ ਗੁਰਬਾਣੀ ਨੇ ਆਖਿਆ ਜੇ ਸੱਚੀ ਕਿਤੇ ਇਦਾਂ ਦੀ ਵਿਚਾਰ ਬਣ ਜਾਏ ਤੇ ਸਹੀ ਟੁੱਟੇ ਹੋਏ ਵੀ ਜੁੜ ਜਾਣਗੇ ਬੁੱਲੇ ਸ਼ਾਹ ਨੇ ਇੱਕ ਬੜੀ ਸੋਹਣੀ ਕਾਫੀ ਦਾ ਜ਼ਿਕਰ ਕੀਤਾ ਸੀਗਾ ਉਹ ਕਹਿੰਦਾ ਸੀ ਵੀ ਦੁਨੀਆ ਬਹੁਤ ਸਾਰੀ ਬੋਲਣ ਤੇ ਲੱਗੀ ਹੋਈ ਹੈ ਹਰ ਦੁਨੀਆ ਦਾ ਦੂਸਰਾ ਮਨੁੱਖ ਬੋਲਣ ਤੇ ਤੁਰਿਆ ਹੋਇਆ ਆਪੋ ਆਪਣੇ ਤਰੀਕੇ ਦੇ ਨਾਲ ਉਹ ਕਹਿੰਦਾ ਸਾਰੀ ਸ੍ਰਿਸ਼ਟੀ ਵਿੱਚ ਵਿਚਰ ਕੇ ਵੇਖਿਆ ਬੁਲਿਆ ਬੋਲਣ ਬੋਲਣ ਵਿੱਚ ਵੀ ਫਰਕ ਹੁੰਦਾ ਕਿਸੇ ਦਾ ਬੋਲ ਮਿਲਾਵੇ ਅੱਲਾ ਤੇ ਕਿਸੇ ਦਾ ਬੋਲ ਵੀ ਤਰਕ ਹੁੰਦਾ ਕਿਸੇ ਦੇ ਕਿਸੇ ਦਾ ਬੋਲ ਮਿਲਾਵੇ ਅੱਲਾ ਤੇ ਕਿਸੇ ਦਾ ਬੋਲ ਵੀ ਤਰਕ ਹੁੰਦਾ ਕਿਸੇ ਦਾ ਬੋਲ ਹੈ ਮਿੱਠਾ ਸ਼ਹਿਦ ਤੋਂ ਤੇ ਕਿਸੇ ਦਾ ਬੋਲ ਹੈ ਕਰਕ ਹੁੰਦਾ ਕਰਕ ਮੈਨੇ ਦਰਦ ਕਿਸੇ ਦਾ ਬੋਲ ਹੈ ਮਿੱਠਾ ਸ਼ੈਦ ਤੋ ਤੇ ਕਿਸੇ ਦਾ ਬੋਲ ਸੀਨੇ ਕਰਕ ਹੁੰਦਾ ਅੱਲਾ ਵਾਲੇ ਬੋਲਣਗੇ ਜਦ ਫਿਰ ਬੰਦੇ ਬੰਦੇ ਚ ਨਾ ਫਰਕ ਹੁੰਦਾ ਜਦੋਂ ਸੱਚੀ ਰੱਬ ਦੇ ਬੰਦੇ ਰੱਬ ਦੀਆਂ ਬਾਤਾਂ ਬੋਲਣ ਤੇ ਫਿਰ ਉਹ ਫਰਕ ਰੱਖ ਕੇ ਨਹੀਂ ਬੋਲਦੇ ਫਿਰ ਉਹ ਭੇਦ ਨਹੀਂ ਰੱਖਦੇ ਦੁਨੀਆਦਾਰੀ ਹੈ ਦੁਨੀਆ ਫਰਕ ਰੱਖ ਕੇ ਬੋਲਦੀ ਆ ਗੁਰੂ ਨੇ ਆਖਿਆ ਭੇਦ ਨਹੀਂ ਰੱਖਣਾ ਫਰਕ ਨਹੀਂ ਰੱਖਣਾ ਐਸਾ ਬੋਲਣਾ ਸਿੱਖ ਜਿਹੜਾ ਸਰਬੱਤ ਦੇ ਭਲੇ ਵਾਲਾ ਹੋਵੇ ਭਾਈ ਕਨਈਏ ਕੋਲੋਂ ਸਿੱਖ ਬੋਲਣਾ ਕੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਦਸਵੇਂ ਪਾਤਸ਼ਾਹ ਦੇ ਸ਼ਬਦ ਐਸੇ ਹੀ ਗਾਉਂਦਾ ਸੀਗਾ ਦਸਮ ਪਾਸ਼ ਦੀ ਹਜ਼ੂਰੀ ਚ ਉਹ ਸ਼ਬਦ ਗਾਏ ਉਸਨੇ ਜਾਗ ਕਰਕੇ ਕਿ ਮਹਾਰਾਜ ਮੈਂ ਜਦੋਂ ਨਹੀਂ ਤੁਹਾਡੀ ਸੰਗਤ ਵਿੱਚ ਆਇਆ ਹਾਂ ਤੁਹਾਡੀ ਸੰਗਤ ਮਾਣੀ ਹੈ ਤੇ ਮਹਾਰਾਜ ਤੁਹਾਡੀ ਬਾਣੀ ਨੂੰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਿਆ ਤੇ ਮੈਨੂੰ ਇਹੋ ਸਮਝ ਸੋਝੀ ਵਿੱਚ ਆਇਆ ਮਹਾਰਾਜ ਕਿ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੁਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਉਹਨਾਂ ਪਿਆਰਿਆਂ ਵਾਸਤੇ ਸਮਝ ਵਿੱਚ ਆ ਗਿਆ ਵੀ ਰੱਬ ਦੇ ਬੰਦੇ ਕਿਸੇ ਦਾ ਭੇਦ ਨਹੀਂ ਕਰਦੇ ਫਰਕ ਨਹੀਂ ਰੱਖਦੇ ਗੱਲ ਇਹੀ ਸਮਝਾਈ ਸਤਿਗੁਰੂ ਦੀ ਬਾਣੀ ਨੇ ਵੀ ਬਾਦਸ਼ਾਹ ਕਹਿੰਦੇ ਆ ਕਿ ਇਹੋ ਜਿਹਾ ਬੋਲ ਜਿਹੜਾ ਰੱਬ ਦੇ ਵਿੱਚ ਇੱਕ ਮਿਕ ਕਰ ਜਾਵੇ ਸਤਿਗੁਰ ਕਹਿੰਦੇ ਬਾਬਾ ਬੋਲਣਾ ਕਿਆ ਕਹੀ ਹੈ ਜੈਸੇ RAM ਨਾਮ ਰੱਬ ਰਹੀ ਹੈ ਇਹ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਪਹਿਲੀ ਪੰਕਤੀ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ ਕੋਈ ਰੱਬ ਦਾ ਸੰਤ ਮਿਲੇ ਰੱਬ ਦੀ ਬੰਦਗੀ ਵਾਲਾ ਕਿ ਰੱਬ ਨਾਲ ਜੋੜਨ ਵਾਲਾ جا کے درش পাপ coat ਉਤਾਰੇ ਭੇਟ ਤ ਸੰਗ ਇਹ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਓ ਜੇ ਸੰਤ ਕਿਤੇ ਮਿਲ ਜਾਣ ਜਿਨ੍ਹਾਂ ਦੇ ਸੰਦੜਿਆਂ ਦੁਰਮਤਵੰਨ ਐਸੇ ਸੰਤ ਜਿਨ੍ਹਾਂ ਨੂੰ ਮਿਲ ਕੇ ਭੈੜੀ ਮਤ ਚਲੀ ਜਾਏ ਜਿਨ੍ਹਾਂ ਨੂੰ ਮਿਲ ਕੇ ਚੰਗੀ ਮਤ ਆ ਜਾਏ ਜਿਨ੍ਹਾਂ ਦੇ ਸੰਦੜਿਆਂ ਦੁਰਮਤਵੰਨ ਐ ਮਿੱਤਰ ਅਸਾੜੜੇ ਸਈ ਹਉ ਟੋਢੇਂਦੀ ਜਗ ਸਬਾਇਆ ਜਨ ਨਾਨਕ ਬਿਰਲੇ ਕਈ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੰਤ ਸੱਜਣ ਪੱਕਿਆਂ ਸੰਤ ਮਿਲੇ ਐਸੇ ਸੰਤ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤ ਦੀ ਵਿਆਖਿਆ ਕਰਕੇ ਦੱਸਿਆ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸਿ ਸਈ ਨਾਨਕਾ ਪੂਰਨ ਸੋਈ ਸੰਤ ਉਹ ਸੰਤ ਭਾਗ ਹੋਵਾ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਗੁਰੂ ਸੰਤ ਵੀ ਹੈ ਕੋਈ ਰੱਬ ਦੀ ਪ੍ਰਮਾਤਮਾ ਦੀ ਸਿਫਤ ਕਰਨ ਵਾਲਾ ਉਹ ਸੰਤ ਜਿਹਨੂੰ ਸਤਗੁਰ ਦੀ ਬਾਣੀ ਚ ਆਖਿਆ ਕਬੀਰ ਸੇਵਾ ਕੋ ਦੁਏ ਭਲੇ ਇੱਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜਾ ਆਪਣੇ ਨਾਲ ਨਾ ਜੁੜੇ ਜਿਹੜਾ ਆਪ ਮੱਥੇ ਨਾ ਟਿਕਾਵੇ ਜਿਹੜਾ ਆਪ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨਾ ਕਰਕੇ ਬਵੇ ਜਿਹੜਾ ਆਪ ਗੱਦੀਆਂ ਗੱਦੇ ਲਾ ਕੇ ਨਾ ਬਵੇ ਜਿਹੜਾ ਆਪ ਮਹਾਰਾਜ ਦੇ ਬਰਾਬਰ ਸੋਫਾ ਲਾ ਕੇ ਨਾ ਬਵੇ ਉਹ ਸੰਤ ਜਿਹੜਾ ਆਮ ਮਨੁੱਖਾਂ ਵਾਂਗ ਰਹੇ ਕੋਈ ਵੀ ਆਈਪੀ ਸਿਸਟਮ ਨਾ ਰੱਖਦਾ ਹੋਵੇ ਆਪਣੇ ਆਪ ਉਹ ਸੰਤ ਕਹਾਦਾ ਸੰਤ ਤੇ ਉਹ ਕਹਾਦਾ ਜਿਹਨੂੰ ਬੰਦੂਕਾਂ ਵਾਲੇ ਮਗਰਮਗਰ ਤੁਰੇ ਫਿਰਨ ਡਾਰੇ ਆ ਭਈ ਉਹਨੂੰ ਕੋਈ ਉਹ ਸੰਤ ਥੋੜਾ ਹੈ ਸੰਤ ਤੇ ਬੇਪਰਵਾਹ ਹੁੰਦਾ ਹੈ ਹੁਣ ਤੇ ਡਾਰੀ ਕੋ ਨਰਵੈਰ ਨਿਰਭਉ ਹੁੰਦਾ ਤੇ ਡਾਰੀ ਕੋਈ ਨਹੀਂ ਹੁੰਦਾ ਸੋ ਸੰਤ ਕਹਾਦਾ ਤੇ ਸਤਗੁਰੂ ਕਹਿੰਦੇ ਜੇ ਸੱਚੀ ਕੋਈ ਸੰਤ ਇਦਾਂ ਦਾ ਮਿਲ ਜਾਏ ਐਸਾ ਸੰਤ ਸੰਤ ਮਿਲੈ ਕਿਛ ਸੁਣੀਐ ਕਹੀਐ ਕਬੀਰ ਸਾਹਿਬ ਜੀ ਹੁਣਾਂ ਦਾ ਸ਼ਬਦ ਆ ਤੇ ਉਹਨਾਂ ਦੇ ਬਚਨ ਹੋਰ ਵੀ ਆ ਐਸੇ ਸੰਤ ਨਾ ਮੋਕੋ ਭਾਵੈ ਦਾਲਾ ਸੋ ਪੇਡਾ ਘਟਕਾਵੈ ਗੱਜ ਸਾਡੇ ਤੈ ਤੇ ਤੂਤੀਆਂ ਤੇਰੇ ਪਾਇਨ ਤਗ ਉਹ ਸੰਤ ਮੈਨੂੰ ਨਹੀਂ ਚੰਗੇ ਲੱਗਦੇ ਗੱਜ ਸਾਡੇ ਤੈ ਤੇ ਤੂਤੀਆਂ ਤੇਰੇ ਪਾਏ ਤਗ ਜਿਨ੍ਹਾਂ ਨੇ ਤੇਰੇ ਤਰ੍ਹਾਂ ਦਾ ਤੇਰੇ ਤੇਰੇ ਸੂਤਰ ਦੇ ਗਲ ਵਿੱਚ ਜਨੇਊ ਪਾਏ ਹੋਣ ਧਾਗੇ ਪਾਏ ਹੋਣ ਤੇਰੇ ਪਾਇਨ ਤਗ ਗਲੀਆਂ ਜਿਨ੍ਹਾਂ ਦੇ ਗਲਾਂ ਵਿੱਚ ਗਲੀਆਂ ਜਿਨ੍ਹਾਂ ਜਪ ਮਾਲੀਆਂ ਮਾਲੀਆਂ ਜਪ ਮਾਲ ਮਤਲਬ ਮਾਲਾ ਵੱਖਰੇ ਵੱਖਰੇ ਕੋਈ ਕਾਠ ਦੀ ਕੋਈ ਰੁਦਰਾਕਸ਼ ਦੀ ਕੋਈ ਮੋਤੀਆਂ ਦੀ ਕੋਈ ਕਿਸੇ ਪ੍ਰਕਾਰ ਦੀ ਪਾਈ ਫਰੇ ਗਲੀਆਂ ਜਨਾਂ ਜਪ ਮਾਲੀਆਂ ਲੋਟੇ ਹੱਥ ਨੇ ਬਾਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਤੇ ਜਿਹੜੇ ਸੰਤ ਦੀ ਵਿਆਖਿਆ ਕਬੀਰ ਸਾਹਿਬ ਨੇ ਕੀਤੀ ਉਹਨਾਂ ਬਾਰੇ ਇਹ ਵੀ ਕਿਹਾ ਇਸ ਸੰਤਾ ਕੋ ਮਤ ਕੋਈ ਨੰਦੋ ਸੰਤ RAM ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਮੈਂ ਤੇ ਉਸ ਸੰਤ ਦੀ ਵਿਆਖਿਆ ਕਰ ਰਿਹਾ ਕਬੀਰ ਸਾਹਿਬ ਕਹਿੰਦੇ ਉਹ ਸੰਤ ਦੀ ਗੱਲ ਕਰ ਰਹੇ ਜਿਹੜਾ ਇੱਕ ਰੱਬ ਦੀ ਗੱਲ ਕਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਕਬੀਰ ਸਾਹਿਬ ਵਰਗੇ ਸੰਤ ਭਗਤ ਨਾਮਦੇ ਵਰਗੇ ਸੰਤ ਜਿਨ੍ਹਾਂ ਦੀ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਸ ਤੋਂ ਵੱਡਾ ਸੰਤ ਕੋਈ ਨਹੀਂ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਘਰ ਘਰ ਪਚਾਇਆ ਸੇਵਾ ਪੰਥੀਆਂ ਵਿੱਚੋਂ ਬੜੇ ਸੰਤ ਹੋਏ ਜਿਨ੍ਹਾਂ ਨੇ ਵਾਕਈ ਬਹੁਤ ਵੱਡੇ ਪੱਧਰ ਤੇ ਕਾਰਜ ਕੀਤਾ ਗੁਰਸਿੱਖੀ ਦੇ ਪ੍ਰਚਾਰ ਹਿਤ ਵਾਸਤੇ ਉਹ ਸੰਤ ਉਹ ਮਿਲੇ ਨਾ ਕਿਤੇ ਇੱਕ ਜਗਰ ਇਹ ਵੀ ਮਿਲਦਾ ਵੀ ਪਹਿਲਾਂ ਇੱਕ ਵਕਤ ਸੀ ਜਦੋਂ ਅਜੇ ਅੱਜ ਦਾ ਅੱਜ ਦੇ ਵਾਂਗ ਇਹਨਾਂ ਪ੍ਰਚਾਰ ਸਿਸਟਮ ਨਹੀਂ ਸੀਗਾ ਪਰ ਫਿਰ ਵੀ ਬਾਣੀ ਦਾ ਪ੍ਰਚਾਰ ਪ੍ਰਤਾਪ ਨਗਰਾਂ ਪਿੰਡਾਂ ਚ ਹੈਗਾ ਸੀ ਘਰਾਂ ਚ ਹੈਗਾ ਸੀ ਤੁਸੀਂ ਕਦੇ ਸੋਚਿਆ ਸੀ ਵਿਚਾਰ ਕਰਕੇ ਵੀ ਅੱਜ ਦਾ ਜਿੰਨਾ ਟੈਕਨੋਲੋਜੀ ਯੁੱਗ ਆ ਗਿਆ ਸਾਡੇ ਘਰਾਂ ਵਿੱਚ ਸਕਰੀਨਾਂ ਤੇ ਮੋਬਾਈਲਾਂ ਤੇ ਆਪਣੀਆਂ ਪੈਨ ਡਰਾਈਵਾਂ ਵਿੱਚ ਮੋ ਗੁਰਬਾਣੀ ਦਾ ਸਿਸਟਮ ਚੱਲ ਪਿਆ ਪਰ ਫਿਰ ਵੀ ਸਿੱਖ ਫਿਰ ਵੀ ਮਨੁੱਖ ਬਾਣੀ ਤੋਂ ਦੂਰ ਆ ਇਹ ਕੋ ਦੌਰ ਸੀ ਜਦੋਂ ਸਿੱਖ ਤਰਸਦੇ ਸਨ ਉਹਨਾਂ ਦਾ ਜੀ ਕਰਦਾ ਹੁੰਦਾ ਸੀਗਾ ਕਿ ਸਾਨੂੰ ਕੋਈ ਬਾਣੀ ਸਿਖਾ ਜਾਏ ਸੀ ਸਾਨੂੰ ਬਾਣੀ ਕੋ ਸੁਣਾ ਜਾਏ ਸੀ ਗਜਾ ਕਰਨ ਵਾਲੇ ਸਿੱਖ ਨੇ ਗਜਾ ਲੈਣ ਉਹਨਾਂ ਨਾਲ ਡਾਲੀ ਕਰਨ ਵਾਲੇ ਉਹਨਾਂ ਇੱਕ ਇੱਕ ਪੰਕਤੀ ਸੁਣਾ ਜਾ ਕਰਨੀ ਬਾਣੀ ਦੀ ਜਿਹੜੇ ਮਾਈਆਂ ਨੇ ਜਿਹੜੇ ਘਰ ਦੇ ਜੀਵਾਂ ਨੇ ਉਸ ਡਾਲੀ ਲੈਣ ਆਏ ਸਿੱਖ ਨੂੰ ਦੁੱਧ ਜਾਂ ਪ੍ਰਸ਼ਾਦ ਦੇ ਫੜਾਉਣੇ ਨਾ ਉਹਨੂੰ ਉਹਨੇ ਇੱਕ ਪੰਕਤੀ ਸੁਣਾ ਜਾਣੀ ਗੁਰਬਾਣੀ ਦੀ ਤਾਂ ਉਹ ਸੁਣਨ ਵਾਲੇ ਨੇ ਪੂਰਾ ਦਿਨੋਂ ਪੰਕਤੀ ਯਾਦ ਕਰਦੇ ਰਹਿਣਾ ਐਦਾਂ ਮਾਈਆਂ ਐਦਾਂ ਘਰ ਦੇ ਜੀ ਸੁਖਮਣੀ ਸਾਹਿਬ ਯਾਦ ਕਰ ਗਏ ਸਨ ਜਿਨ੍ਹਾਂ ਨੂੰ ਚਾਹ ਹੁੰਦਾ ਹੈ ਇਹ ਉਹ ਉਹਨਾਂ ਵਾਸਤੇ ਤੋਂ ਸੰਤ ਹੀ ਆਣਾ ਜਿਹੜਾ ਬਾਣੀ ਦੀ ਗੱਲ ਸੁਣਾ ਆ ਗਿਆ ਬਾਣੀ ਦੀ ਪੰਕਤੀ ਸੁਣਾ ਕੇ ਚਲਾ ਗਿਆ ਤੋਂ ਜੁੜੇ ਰਿਹਾ ਪੂਰਾ ਦਿਨ ਉਹ ਸੰਤ ਹੈ ਸਤਿਗੁਰ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ ਕੋਈ ਸੰਤ ਮਿਲੇ ਤੇ ਕੁਝ ਸੁਣੀਐ ਤੇ ਕੁਝ ਕਹੀਏ ਉਹਨਾਂ ਨੂੰ ਕੁਝ ਗੱਲਾਂ ਉਹਦੇ ਨਾਲ ਵਿਚਾਰ ਕਰੀਏ ਗੁਰੂ ਨਾਨਕ ਸਾਹਿਬ ਨੇ ਕਿਹਾ ਜਿੰਨਾ ਚਿਰ ਸੰਸਾਰ ਹੈ ਨਾ ਲੋਕਾਂ ਨੇ ਕਰਦੇ ਆ ਸੁਣਦੇ ਆ ਰਹਿਣਾ ਜਿੰਨਾ ਚਿਰ ਸੰਸਾਰ ਹੈ ਜੱਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਾਂ ਮਰ ਰਹੀ ਹੈ ਸਤਗੁਰ ਕਹਿੰਦਾ ਜਿੰਨਾ ਚਿਰ ਸੰਸਾਰ ਰਹਿਣਾ ਦੁਨੀਆ ਨੇ ਕਹਿੰਦਿਆਂ ਸੁਣਦਿਆਂ ਰਹਿਣਾ ਪਰ ਕੀ ਸੁਣਨਾ ਤੇ ਕੀ ਕਹਿਣਾ ਏ ਕਬੀਰ ਸਾਹਿਬ ਦੱਸ ਰਿਹਾ ਵੀ ਸੰਤ ਮਿਲੇ ਕਿ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਰ ਰਹੀ ਹੈ ਅਸੰਤ ਮਿਲੇ ਤੇ ਚੁੱਪ ਕਰ ਜਾਈ ਸੰਤ ਮਿਲੇ ਤੇ ਕੁਝ ਕਹਿ ਲਈ ਕੁਝ ਵਿਚਾਰ ਕਰ ਲਈ ਕੁਝ ਗੱਲ ਸਿੱਖ ਲਈ ਬੜੇ ਬੜੇ ਪਿਆਰ ਵਾਲੇ ਸੰਤ ਹੋਏ ਦੁਨੀਆ ਚ ਧਰਮਾਤਮਾ ਹੋਏ ਜਿਨ੍ਹਾਂ ਨੇ ਇੱਕ ਵਾਰ ਇਸ ਦੁਨੀਆਦਾਰੀ ਨੂੰ ਸਬਕ ਦਿੱਤੇ ਸਿਖਾਇਆ ਐਸਾ ਸਬਕ ਸਿਖਾਇਆ ਐਸੀ ਸਿੱਖਿਆ ਦਿੱਤੀ ਬਹੁਤ ਆਦ ਲੋਕਾਂ ਨੇ ਉਸ ਚੀਜ਼ ਨੂੰ ਅਪਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਆਸਰਾ ਲਿਆ ਹੰਤਵਾ ਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਬੜੀ ਬੰਦਗੀ ਵਾਲੇ ਮਹਾਪੁਰਖ ਕਮਾਈ ਵਾਲੇ ਮਹਾਪੁਰਖ ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਦੁਨੀਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਣਾ ਜੋੜਿਆ ਸੱਚੇ ਸੁੱਚੇ ਸੰਤ ਬਹੁਤ ਆਤ ਇਦਾਂ ਦੇ ਸੰਤ ਵੀ ਹੈਗੇ ਆ ਜਿਨ੍ਹਾਂ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਲਿਆ ਪਰ ਉਹ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਆਪਣੇ ਤੇ ਫੁੱਲ ਸਟਾਈ ਜਾਂਦੇ ਆ ਉਹ ਆਪਣੇ ਚੇਲਿਆਂ ਕੋਲ ਆਪਣੇ ਤਾਂ ਫੁੱਲ ਫੁੱਲ ਸਟਾਈ ਜਾਂਦੇ ਵੀ ਆਪਣੇ ਤਾਂ ਫੁੱਲਾਂ ਫੁੱਲਾਂ ਦੀ ਵਰਖਾ ਕਰਾਈ ਜਾਓ ਵੀ ਵੇਖਣ ਵਾਲੇ ਲੱਗੇ ਵੀ ਸੰਤ ਸਤਕਾਰ ਹੈ ਸੰਤ ਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਰਾਬਰ ਕਿਸੇ ਹੋਰ ਦਾ ਸਤਕਾਰ ਨਹੀਂ ਹੋ ਸਕਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸੰਤ ਮਿਲੇ ਕਿਸ ਸੁਣੀਏ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਮਿਲੇ ਅਸੰਤ ਅਸੰਤ ਬੰਦਾ ਮਿਲੇ ਜਿਹੜਾ ਜਿਹਦੀ ਬਿਰਤੀ ਮਾੜੀ ਐ ਕਹਿੰਦੇ ਮਸਟ ਚੁੱਪ ਕਰ ਰਹੀ ਐ ਚੁੱਪ ਹੋ ਜਾਈਏ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਗੁਰੂ ਸਿਣ ਜਿੱਥੇ ਪਤਾ ਆਪਣੀ ਇੱਜ਼ਤ ਜਾਣਦੀ ਉਥੋਂ ਚੰਗਾ ਵੀ ਚੁੱਪ ਕਰ ਜਾਈਏ ਆਪਣੀ ਜਿੱਥੇ ਇੱਜ਼ਤ ਦੇ ਨਾਲ ਖਲਵਾੜ ਹੋ ਸਕਦਾ ਐ ਉਥੋਂ ਪਤਾ ਐ ਵੀ ਆਪਾਂ ਆਪਣੇ ਆਪ ਸ਼ਾਂਹ ਹੋ ਜਾਈਏ ਦੁਖ ਨਾਨਕ ਬੋਲਣ ਝਖਣਾ ਦੁਖ ਛੱਡ ਮੰਗਿਏ ਸੁਖ ਸਤਿਗੁਰ ਕਹਿੰਦੇ ਉਹ ਵੀ ਝਖ ਮਾਰਨ ਦੇ ਬਰਾਬਰ ਹੈ ਜੇ ਕਿਤੇ ਰੱਬ ਦੂ ਇੱਕੋ ਹੀ ਗੱਲ ਰਟਾਲੇ ਜੀ ਰੱਬਾ ਜੀ ਤੂੰ ਦੁਖ ਨਾ ਦੇਈ ਸਿਰਫ ਕੱਲੇ ਸੁਖ ਦੇ ਕਹਿੰਦੇ ਨਹੀਂ ਨਾਨਕ ਬੋਲਣ ਝਖਣਾ ਦੁਖ ਛੱਡ ਮੰਗਿਏ ਸੁਖ ਅਗਲੀ ਪੰਕਤ ਜੀ ਕਿਹਾ ਦੁਖ ਸੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਤੀਜੀ ਪੰਕਤੀ ਐ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਸਤਿਗੁਰੂ ਸਾਹਿਬ ਕਹਿੰਦੇ ਜਿਸ ਰੱਬ ਦੇ ਅੱਗੇ ਸਾਡਾ ਜੋਰ ਨਹੀਂ ਚੱਲਣਾ ਇੱਥੇ ਵਾਧੂ ਬੋਲਿਆਂ ਝਖ ਮਾਰਨ ਵਾਲੀ ਗੱਲ ਹੋਣੀ ਆ ਤਾਂ ਤੂੰ ਚੰਗਾ ਵੀ ਚੁੱਪ ਕਰ ਜਾ ਇੱਥੇ ਇੱਥੇ ਤੇਰੀ ਤਾਕਤ ਨਹੀਂ ਚੱਲਣੀ ਇੱਥੇ ਤੂੰ ਹਾਰ ਜਾਣਾ ਐ ਬੈਸ ਨਾ ਕਰ ਚੁੱਪ ਕਰ ਜਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਦਾਂ ਹੀ ਕਿਤੇ ਰੱਬ ਦਾ ਅਸੰਤ ਬੰਦਾ ਭੈੜਾ ਬੰਦਾ ਕਬੀਰ ਸਾਹਿਬ ਨੇ ਕਿ ਸ਼ਬਦ ਵਰਤੇ ਆ ਬਾਣੀ ਦੇ ਵਿੱਚ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ ਉਹਨਾਂ ਦੇ ਸ਼ਬਦ ਵੈਸੇ ਇਹ ਵਰਤੇ ਆ ਕਿ ਰੱਬ ਤੋਂ ਟੁੱਟਿਆ ਨਾਸਤਕ ਬੰਦਾ ਰਾਹ ਚ ਗਲੀ ਚ ਆਉਂਦਾ ਦਿਸ ਪਏ ਤੇ ਰਾਹ ਬਦਲ ਦੇ ਉਹਨਾਂ ਦਾ ਸ਼ਬਦ ਤੇ ਇਹ ਵਰਤੇ ਆ ਕਿ ਰੱਬ ਤੋਂ ਟੁੱਟਿਆ ਨਾਸਤਕ ਬੰਦਾ ਜਿਹੜਾ ਤੈਨੂੰ ਰੱਬ ਦੀ ਗੱਲ ਕਰਨ ਤੇ ਵੀ ਟੋਕੇ ਵੀ ਮੇਰੇ ਲਾਗੇ ਰੱਬ ਦੀ ਗੱਲ ਨਾ ਸੁਣਾ ਮੈਂ ਰੱਬ ਨੂੰ ਨਹੀਂ ਮੰਨਦਾ ਕਹਿੰਦੇ ਐਸੇ ਬੰਦੇ ਦਾ ਤੇ ਰਾਹ ਬਦਲ ਦੇਣਾ ਆਪਣਾ ਆਪ ਰਾਹ ਬਦਲ ਕੇ ਪਾਸ ਹੋਣਾ ਚਾਹੀਦਾ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਦੂਰੋਂ ਭੱਜ ਜਾ ਭਾਵੇਂ ਕਹਿੰਦੇ ਵੇਖ ਕੇ ਉਹਨੂੰ ਪਾਸੇ ਹੋ ਜਾ ਕਿੱਚ ਭਲਾ ਤੇਰਾ ਏ ਉਸੋ ਕਿਉਂ ਕਹਿੰਦੇ ਬਾਸਨਕਾਰੋ ਪਰਸੀਏ ਤਉ ਕਛ ਲਾਗੇ ਦਾਗ ਕਾਲੇ ਭਾਂਡੇ ਦੇ ਲਾਗੋ ਲੰਗੋ ਕੇ ਖੈ ਲੱਗ ਜਾਂਦੀ ਹੁੰਦੀ ਆ ਕਾਲੇ ਭਾਂਡੇ ਨੂੰ ਛੂਹਾਂਗੇ ਤੇ ਕਾਲਖ ਤੇ ਲੱਗਣੀ ਲੱਗਣੀ ਆ। ਭਾਵ ਉਹਨਾਂ ਦਾ ਸਮਝਾਉਣ ਦਾ ਤਰੀਕਾ ਹੈ ਵੀ ਜੇ 마ੜੇ ਬੰਦੇ ਦੀ ਕਾਲਖ ਨਾਲ ਭਰੇ ਹੋਏ ਜ਼ਿੰਦਗੀ ਚ ਬੰਦੇ ਨੇ ਜਿਹੜੇ ਕਲੰਕਤ ਨਾਲ ਜਿਹੜੇ ਜ਼ਿੰਦਗੀ ਚ 마ੜੇ ਤੋਂ 마ੜੇ ਕਰਮੀ ਕਰੀ ਜਾ ਰਹੇ ਨੇ। ਉਹਨਾਂ ਕੋਲ ਬਹਿ ਗਿਆ ਤੇ ਉਹ ਕਾਲਖ ਲੱਗ ਜਾਣੀ ਆ। ਇਸ ਕਰਕੇ ਚੰਗਾ ਵੀ ਉਹਨਾਂ ਦੇ ਰਾਹ ਵਿੱਚ ਆਉਣ ਤੋਂ ਆਉਣ ਦੀ ਬਜਾਏ ਆਪਣਾ ਰਾਹ ਬਦਲਦਾ ਹੈ। ਭਾਵ ਕਿ 마ੜੇ ਦੀ ਸੰਗਤ ਨਹੀਂ ਕਰਨੀ ਇਹ ਸਮਝਾਇਆ। ਵੀ ਮਿਲੇ ਅਸੰਤ ਮਸਟ ਕਰ ਰਹੀ ਐ ਅਸੰਤ ਮਿਲੇ ਤੇ ਮਸਟ ਹੋ ਜਾ ਚੁੱਪ ਹੋ ਜਾ ਉਥੇ ਬੈਸ ਕਰਨ ਦੀ ਲੋੜ ਨਹੀਂ ਕਾਰਨ ਪੁੱਛੋ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਦੱਸਿਆ ਗੁਰੂ ਨਾਨਕ ਸਾਹਿਬ ਕਹਿੰਦੇ ਮੂਰਖ ਦੀ ਤੇ ਅਸੰਤ ਬੰਦੇ ਦੀ ਵਿਆਖਿਆ ਇੱਕੋ ਜੀ ਹੁੰਦੀ ਆ ਚਲੋ ਮੈਂ ਅਗਲੀ ਪੰਕਤੀ ਚ ਉਹਦੀ ਵਿਆਖਿਆ ਢੁਕਦੀ ਬਿਲਕੁਲ ਉਥੇ ਸ਼ਬਦ ਵਿਚਾਰ ਲੈਣਾ ਮਿਲੇ ਅਸੰਤ ਮਸਟ ਕਰ ਰਹੀ ਐ ਅਗਲੀ ਪੰਕਤੀ ਚ ਕਿਹਾ ਪਾਤਸ਼ਾਹ ਕਹਿੰਦੇ ਬੋਲਤ ਬੋਲਤ ਵੱਡੇ ਵਿਕਾਰਾ ਸੰਤਨ ਸਿਉ ਬੋਲੇ ਉਪਕਾਰੀ ਸੰਤਨ ਸਿਉ ਬੋਲੇ ਉਪਕਾਰੀ ਕਿਉਂ ਕਿਹਾ ਸੰਤ ਮਿਲੇ ਕੇ ਸੁਣੀਐ ਕਈਏ ਕਿਉਂਕਿ ਸੰਤ ਬੋਲੇਗਾ ਤੇ ਕੋਜੋ ਉਪਕਾਰ ਦੀ ਗੱਲ ਸਿਖਾਏਗਾ ਭਲਾ ਕਰੇਗਾ ਸੰਤਨ ਸਿਉ ਬੋਲੇ ਉਪਕਾਰੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਉਪਕਾਰੀ ਮਨੁੱਖ ਦੁਨੀਆਂ ਦਾ ਬੜਾ ਭਲਾ ਕੀਤਾ ਐਮਐਲਏ ਵੀ ਰਹੇ, ਰਾਜਨੀਤੀ ਵੀ ਚੰਗੀ ਜਾਣਦੇ ਪਾ ਧਰਮ ਬੜਾ ਕਮਾਇਆ। ਬਾਣੀ ਵੀ ਚੰਗੀ, ਜੀਵਨ ਚ ਕਮਾਈ ਹੈ। ਬੜਾ ਨਾਮ ਰੱਖਿਆ। ਬਹੁਤ ਸਾਰੇ ਗੁਰਸਿੱਖ ਉਹਨਾਂ ਨੇ ਗੁਰਬਾਣੀ ਨਾਲ ਵੀ ਜੋੜੇ ਤੇ ਭਰਤੀ ਵੀ ਕਰਾਏ ਫੌਜ ਵਿੱਚ। ਟ੍ਰੇਨਿੰਗ ਵੀ ਦਿਵਾਉਂਦੇ ਰਹੇ। ਕੋਈ ਰਿਟਾਇਰਡ ਬੰਦਾ ਅਫਸਰ ਰਿਟਾਇਰ ਹੁੰਦਾ ਸੀ ਨਾ। ਗੁਰਸਿੱਖ ਬੰਦਾ ਉਹਨੂੰ ਕਹਿੰਦੇ ਹੁੰਦੇ, ਕਹਿੰਦੇ ਭਾਵੇਂ ਪੈਸੇ ਮੇਰੇ ਕੋਲ ਐ ਲਈ ਪਰ ਸਾਡੇ ਨੌਜਵਾਨਾਂ ਨੂੰ ਟ੍ਰੇਨਿੰਗ ਦਿਆ ਕਰ। ਇਦਾਂ ਗਏ ਸਨ ਉਹਨਾਂ ਨੇ ਆਪ ਵੀ ਬੰਦਗੀ ਕੀਤੀ ਤੇ ਨੌਜਵਾਨਾਂ ਨੂੰ ਬੜਾ ਗੁਰਬਾਣੀ ਨਾਲ ਵੀ ਜੋੜ ਗੁਰਬਾਣੀ ਉਹਨਾਂ ਪਤਾ ਕੀ ਕਿਹਾ ਉਹ ਕਹਿੰਦੇ ਵੀ ਕੋਸ਼ਿਸ਼ ਕਰੋ ਨੌਜਵਾਨ ਬੱਚੇ ਜੇ ਭਰਤੀ ਕਰਨੇ ਆ ਸਿੱਖ ਰੈਜiment ਵਿੱਚ ਭਰਤੀ ਕਰਾਓ ਸਭ ਸੂਰਤ ਬੱਚੇ ਬਣਾਓ ਪਰਿਵਾਰਾਂ ਦੇ ਜੀਆਂ ਨੂੰ ਕਹਿੰਦੇ ਸੀ ਆਪਣੇ ਬੱਚੇ ਨੂੰ ਨਿਤਨੇਮ ਦਿਓ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਹੋਇਆ ਇਦਾਂ ਹੀ ਸੀ ਕੋਈ ਕਿਸੇ ਗੋਰੇ ਕਿਤੇ ਬਟਾਲੀਅਨ ਆਈ ਹੋਈ ਸੀਗੀ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਤੇ ਇਹਨਾਂ ਨੇ ਇਸ ਕਿਤੇ ਦੀ ਬਟਾਲੀਅਨ ਜਾ ਰਹੀ ਸੀ ਨਾ ਕਿਸੇ ਤੇ ਉਹਦੇ ਆਉਂਦਿਆਂ ਸਵੇਰ ਦਾ ਸਮਾਂ ਸੀ ਕਿਤੇ ਉਹ ਐਕਸਰਸਾਈਜ਼ ਕਰਦੇ ਜਾਂ ਸੈਰ ਕਰਦੇ ਸੀਗੇ ਤੇ ਮਹਾਂਪੁਰਖ ਵੀ ਉੱਤੇ ਸੈਰ ਕਰਦੇ ਉਧਨ ਜਾ ਰਹੇ ਸਨ ਸੜਕ ਤੇ ਉਹਨਾਂ ਚੋਂ ਇੱਕ ਕਿਤੇ ਗੁਰਸਿੱਖ ਬੰਦਾ ਸੀ ਗੁਰਸਿੱਖ ਨੌਜਵਾਨ ਸੀਗਾ ਉਨੇ ਤੁਰੇ ਤੁਰੇ ਜਾਂਦੇ ਨੇ ਸਲਾਮ ਕਰਤੀ ਮਮਸ਼ ਫਤਿਹ ਬੁਲਾਤੀ ਕਹ ਲੋ ਉਹਦੇ ਅਵਸਰ ਨੇ ਦੇਖ ਲਿਆ ਉਹਦਾ ਕੋਰਟ ਮਾਰਸ਼ਲ ਕਰ ਦੇਣਾ ਸੀ ਉਹਨੇ ਸਾਦ ਲਿਆ ਕਿ ਤੂੰ ਮੇਰਾ ਰੂਲ ਤੋੜਿਆ ਤੂੰ ਉਸ ਬੰਦੇ ਨੂੰ ਫਤਿਹ ਕੋ ਮਲਾਈ ਸਿਰ ਕੋ ਝੁਕਾਇਆ ਕਹਿੰਦਾ ਤੂੰ ਰੂਲ ਤੋੜਿਆ ਉਹਦਾ ਕੋਰਟ ਮਾਰਸ਼ਲ ਸ਼ਾਮ ਤੱਕ ਹੋਣਾ ਸੀ ਪਰ ਇਸ ਗੱਲ ਦਾ ਪਤਾ ਲੱਗ ਗਿਆ ਮਹਾਂਪੁਰਖਾ ਨੂੰ ਪ੍ਰੇਮ ਸਿੰਘ ਮਰਾਲੇ ਵਾਲਿਆਂ ਨੂੰ ਉਹਨਾਂ ਨੇ ਫਿਰ ਉਸ ਵੇਲੇ ਸੁਨੇਹਾ ਭੇਜਿਆ ਵੀ ਅਫਸਰ ਨੂੰ ਕਿਹਾ ਵੀ ਅੱਜ ਸ਼ਾਮ ਦਾ ਜਿਹੜਾ ਖਾਣਾ ਹੈ ਨਾ ਪੂਰੀ ਬਟਾਲੀਅਨ ਦਾ ਸਾਢੇ ਡੇਰੇ 'ਚ ਹੋਏਗਾ। ਉਹਨੂੰ ਕਹਿ ਦਿਓ। ਉਹ ਜੋ ਸੁਨੇਹਾ ਮਿਲਿਆ ਜਦੋਂ ਉਹਨਾਂ ਨੇ ਕਿਹਾ ਵੀ ਐਡਾ ਪ੍ਰਬੰਧ ਕਰ ਲੈਣ ਕਿੰਦਾ ਤੁਸੀਂ ਉਹਨਾਂ ਨੇ ਕਿਹਾ ਤੁਸੀਂ ਆ ਜਾਇਓ ਕੋਈ ਗੱਲ ਨਹੀਂ ਕਰਾਂਗੇ। ਸ਼ਾਮ ਦੇ ਵੇਲੇ ਜਦੋਂ ਪੂਰੀ ਬਟਾਲੀਅਨ ਆ ਗਈ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਉਹ ਜਿਹੜਾ ਅਫਸਰ ਸੀਗਾ ਉਹਨਾਂ ਦੀ ਮਾਹਪੁਰਖਾ ਨਾਲ ਗੱਲਬਾਤ ਹੋਈ ਉਹਨੂੰ ਇੰਨਾ ਵਧੀਆ ਲੱਗਾ ਉਸ ਅਫਸਰ ਨੂੰ ਉਹ ਮਾਹਪੁਰਖਾ ਨੂੰ ਮੱਥਾ ਟੇਕ ਦਿੰਦਾ ਫਤੇ ਬਲਾ ਕੇ ਸਾਂਝ ਕਰ ਦਿੰਦਾ ਤੇ ਨਾਲ ਹੀ ਜਿਹੜੇ ਨੌਜਵਾਨ ਦਾ ਉਹਨੇ ਕੋਟ ਮਾਰਸ਼ਲ ਕਰਨਾ ਸੀ ਨਾ ਉਹਨੂੰ ਜਾ ਕੇ ਉਹਨੇ ਮaaf ਕਰ ਦਿੱਤਾ ਉਹਨੇ ਪੁੱਛਿਆ ਨੌਜਵਾਨ ਨੇ ਸਰ ਤੁਸੀਂ ਮੇਰਾ ਤੇ ਕੋਰਟ ਮਾਸਟਰ ਕਰਨਾ ਸੀ ਪਰ ਮੈਨੂੰ ਹੁਣ ਤੁਸੀਂ ਮਾਫ ਕਿਉਂ ਕਰਤਾ ਉਹਨੇ ਕਿਹਾ ਵੀ ਜਿਹਨੂੰ ਤੂੰ ਸਲਾਮ ਕੀਤਾ ਉਹਨੂੰ ਮੈਂ ਵੀ ਕਰਕੇ ਆਇਆ ਜਿਹਨੂੰ ਤੂੰ ਮੱਥਾ ਟੇਕਿਆ ਜਿਹਨੂੰ ਤੂੰ ਫਤਿਹ ਬੁਲਾਇ ਉਹਨੂੰ ਮੈਂ ਵੀ ਬੁਲਾਤੀ ਉਹਨੇ ਕਿਹਾ ਵੀ ਉਹ ਕਿਵੇਂ ਉਹਨੇ ਕਿਹਾ ਸੱਚੀ ਤੂੰ ਸਹੀ ਸਾਂ ਉਹ ਬਾਕੇ ਨੇਕ ਬੰਦੇ ਨੇ ਉਹ ਬਾਕੇ ਦੁਨੀਆ ਦਾ ਭਲਾ ਕਰਨ ਵਾਲੇ ਨੇ ਉਹਨਾਂ ਦੇ ਨਾਲ ਰਹਿ ਕੇ ਪਤਾ ਲੱਗਾ ਇਦਾਂ ਦੇ ਸੰਤ ਹੁੰਦੇ ਆ ਸੰਤਨ ਸਿਓ ਬੋਲੇ ਉਪਕਾਰੀ ਸੰਤ ਬੋਲੂ ਤੇ ਉਪਕਾਰ ਕਰੂਗਾ ਭਲਾ ਕਰੂਗਾ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਮੂਰਖ ਬੋਲੂ ਤੇ ਝੱਖ ਮਾਰੇਗਾ ਗੁਰੂ ਨਾਨਕ ਸਾਹਿਬ ਸਲੋਕ ਆਉਂਦਾ ਬਾਣੀ ਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮੱਛੀ ਤਾਰੂ ਕੇ ਕਰੇ ਪੰਖੀ ਕਿਆ ਆਕਾਸ਼ ਪਾਣੀ ਜਿੰਨਾ ਮਰਜੀ ਡੂੰਗਾ ਹੋਈ ਜਾਵੇ ਹਾਂ ਮੱਛੀ ਨੂੰ ਕੀ ਪ੍ਰਵਾਹ ਉਹਦੀ ਪੰਖੀ ਕਿਆ ਆਕਾਸ਼ ਆਕਾਸ਼ ਜਿੰਨਾ ਮਰਜੀ ਖੁੱਲਾ ਹੋਵੇ ਪੰਛੀ ਨੂੰ ਕੀ ਡਰਿਆ ਉਹਦਾ ਪੱਛ ਮੱਛੀ ਤਾਰੀ ਮੱਛੀ ਤਾਰੂ ਕੇ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਇਸ ਪੰਕਤੀ ਦੇ ਅਰਥ ਅਖੀਰ ਜਗ ਸਮਝਾਉਣੇ ਅਖੀਰ ਤੇ ਪੱਥਰ ਨੂੰ ਜਿੰਨਾ ਮਰਜੀ ਪਾਲਾ ਲੱਗੀ ਜਾਵੇ ਕੱਕਰ ਪਈ ਜਾਵੇ ਬਰਫ਼ ਪਈ ਜਾਵੇ ਉਹਦੇ ਉੱਤੇ ਉੱਤੇ ਕੀ ਅਸਰ ਹੁੰਦਾ ਪੱਥਰ ਪਾਲਾ ਰੱਖੀਏ ਕਿ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਖੁਸਰੇ ਦਾ ਕੀ ਘਰ ਵਸ ਜੂ ਫਿਰ ਮਹਾਰਾਜ ਨੇ ਦੱਸਿਆ ਬੋਲਾ ਜੇ ਸਮਝਾਈਏ ਦੀਵੇ ਬਲੇ ਪਚਾਸ ਬੋਲਾ ਅੰਨੇ ਅੰਨੇ ਚਾਨਣ ਰਖੀਏ ਦੀਵੇ ਬਲੇ ਪਚਾਸ ਬੋਲਾ ਜੇ ਸਮਝਾਈਏ ਪੜ੍ਹੀਏ ਸਿਮਰਤ ਪਾਠ ਬੋਲੇ ਨੂੰ ਸਮਝਾਉਣਾ ਹੋਵੇ ਤੇ ਉਹਨੂੰ ਕਵੇ ਕਿ ਲੈਤ ਨੂੰ ਮੈਂ ਸਿਮਰਤੀਆਂ ਦੇ ਪਾਠ ਸੁਣਾਉਣਾ ਤੇ ਜਿਹੜਾ ਹੈ ਹੀ ਬੋਲਾ ਉਹਨੂੰ ਸੁਣਾਉਣ ਦਾ ਫਾਇਦਾ ਵੀ ਕੀ ਕਹਿੰਦੇ ਨੇ ਚੌਣੇ ਸੋਇਨਾ ਪਾਈਐ ਭੀ ਚੁਣ ਖਾਵੈ ਕਾਸ ਪਸ਼ੂਆਂ ਨੂੰ ਚੌਣੇ ਨੂੰ ਡੰਗਰਾਂ ਨੂੰ ਘਾਜ ਰਲਾ ਕੇ ਸੋਨਾ ਵੀ ਪਾ ਦੋਗੇ ਉਹਨਾਂ ਘਾ ਹੀ ਖਾਣਾ ਹੈ ਉਹਨਾਂ ਸੋਨਾ ਨਹੀਂ ਖਾਣਾ ਤੇ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਪਾਛਾ ਕੀ ਕਹਿੰਦੇ ਆ ਨਾਨਕ ਮੂਰਖ ਇਹ ਗੁਣ ਇਹ ਸਾਰੀਆਂ ਜਿਹੜੀਆਂ ਉੱਪਰ ਲੀਆਂ ਦਸੀਆਂ ਗੱਲਾਂ ਨੇ ਮੂਰਖ ਦੀਆਂ ਨਿਸ਼ਾਨੀਆਂ ਨੇ ਮੂਰਖ ਪੱਥਰ ਵਰਗਾ ਭਾਵੇਂ ਪਾਣੀ ਚ ਰੱਖੋ ਤੇ ਭਾਵੇਂ ਬਾਹਰ ਰੱਖੋ ਅਸਰ ਕੋਈ ਨਹੀਂ ਮੂਰਖ ਉਸ ਪਸ਼ੂਆਂ ਵਰਗਾ ਹੈ ਜਿਹਦੇ ਸਾਹਮਣੇ ਸੋਨਾ ਪਾ ਦੋ ਘਾਹ ਪਾ ਦੋ ਉਹ ਘਾ ਹੀ ਖਾਏਗਾ ਭਾਵ ਉਹਨੇ ਮਾੜੀ ਗਾਲੀ ਇਕੱਠੀ ਕਰਨੀ ਆ ਜੋ ਉਹਦੀ ਖੁਰਾਕ ਉਹਨੇ ਉਹੀ ਉਹ ਖਾਣਾ ਚੰਗਾ ਨਹੀਂ ਗ੍ਰਾਂਡ ਕਰੂਗਾ ਮੂਰਖ ਮੱਛੀ ਦੀ ਤਰ੍ਹਾਂ ਹੈ ਉਹ ਜਿੱਧਰ ਡੰਗਾਈ ਹੋਊ ਉਧਰ ਨੂੰ ਜਾਊਗਾ ਮੂਰਖ ਦੀ ਨਿਸ਼ਾਨੀ ਹੈ ਇਹ ਇਹੀ ਹੈ ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਜਦੋਂ ਵੀ ਬੋਲੂਗਾ ਕਿਸੇ ਨਾ ਕਿਸੇ ਦਾ ਨੁਕਸਾਨ ਹੀ ਕਰੇਗਾ ਵਿਨਾਸ਼ ਹੀ ਕਰੇਗਾ ਉਹਦਾ ਹੈ ਤੇ ਔਗਣ ਪਰ ਮਹਾਰਾਜ ਕਹਿੰਦੇ ਉਹ ਆਪਣੇ ਔਗਣਾਂ ਨੂੰ ਔਗਣ ਨਹੀਂ ਮੰਨਦਾ ਗੋਣੀ ਬਿਆਨ ਕਰੀ ਜਾਂਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨਸੰਤਨ ਸੋਂ ਬੋਲੇ ਉਪਕਾਰੀ ਮੂਰਖ ਸੋਂ ਬੋਲੇ ਝੱਖ ਮਾਰੀ ਤਾਂ ਕਿਹਾ ਵੀ ਜੇ ਸੰਤ ਮਿਲੇ ਰੱਬ ਦਾ ਚੰਗਾ ਬੰਦਾ ਮਿਲੇ ਤੇ ਵਿਚਾਰ ਜ਼ਰੂਰ ਕਰ ਮੂਰਖ ਮਿਲੇ ਝੱਖ ਮਾਰਨ ਵਾਲਾ ਮਿਲੇ ਤੇ ਕਹਿੰਦੇ ਨੇ ਚੁੱਪ ਹੋ ਜਾਈਂ ਮੂਰਖ ਸੋਂ ਬੋਲੇ ਝੱਖ ਮਾਰੀ ਮੂਰਖਣਾ ਬੈਸਣਾ ਝੱਖ ਮਾਰਨ ਵਾਲੀ ਗੱਲ ਐ ਤੇ ਉਥੇ ਬੈਸਣ ਦੀ ਲੋੜ ਕੋਈ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬੋਲ ਤ ਬੋਲ ਤ ਵੱਡੇ ਵਿਕਾਰਾ ਜਿਹੜਾ ਝੱਖ ਮਾਰਨ ਵਾਲੇ ਨਾਲ ਬੋਲਣਾ ਨਾ ਉਹ ਵਿਕਾਰ ਹੀ ਵਧਾਉਣੇ ਆਪਣੇ ਇੱਕ ਬਾਣ ਚ ਸ਼ਬਦ ਹੁੰਦਾ ਹੈ ਭੌਕੇ ਕੋਪ ਖਵਾਰ ਹੋਏ ਫੱਕੜ ਪਿੱਟੇ ਅੰਧ ਕੋਪ ਦਾ ਅਰਥ ਹੈ ਗੁੱਸਾ ਗੁਰੂ ਵੇਖੋ ਆ ਸਾਡੀ ਸ਼ਬਦਾਵਲੀ ਪੰਜਾਬੀ ਦੀ ਆਮ ਅਸੀਂ ਜੇ ਜਦੋਂ ਬੰਦੇ ਦਾ ਗੁੱਸਾ ਸਿਰੇ ਤੇ ਚੜ ਜਾਏ ਦੋ ਬੰਦੇ ਆਪਸ ਵਿੱਚ ਬੜਾ ਬਹਿਸ ਪੈਣ ਗੁੱਸੇ ਚ ਆ ਜਾਣ ਇੱਕ ਦੂਜੇ ਨੂੰ ਕਹਿਣ ਤੂੰ ਕੁੱਤੇ ਦੀ ਤਰ੍ਹਾਂ ਭੌਂਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਦਵਤਾ ਕਹਿੰਦੇ ਭੌਂਕੇ ਕੋਪ ਖੁਵਾਰ ਹੋਏ ਸ਼ਬਦ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਸ਼ਲੋਕ ਹੈ ਰੂਪੇ ਦਾਮੈ ਦੋਸਤੀ ਇਹ ਸ਼ਬਦ ਹੈ ਰੂਪੇ ਕਾਮੈ ਦੋਸਤੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭੌਂਕੇ ਕੋਪ ਖੁਵਾਰ ਹੋਏ ਜਿਹੜੇ ਕੋਪ ਮੈਣੇ ਗੁੱਸੇ ਚ ਆ ਕੇ ਉੱਚੀ ਉੱਚੀ ਬੋਲਣ ਲੱਗ ਪਏ ਤੇ ਖੁਵਾਰ ਹੋ ਗਏ ਉਹ ਅਸਲ ਚ ਬੋਲਣਾ ਨਹੀਂ ਉਹ ਭੌਂਕਣਾ ਹੋ ਗਿਆ ਉਹਦਾ ਬੋਲਣਾ ਕਾਦਾ ਕਿਸੇ ਮਤਲਬ ਵਿੱਚ ਰਹਿ ਗਿਆ ਭੌਂਕੇ ਕੋਪ ਖੁਵਾਰ ਹੋਏ ਫੱਕੜ ਪਿੱਟੇ ਅੰਦ ਲੱਬੇ ਮਲੈ ਘੁਲ ਮਿਲੈ ਮਿਚਲ ਉਂਗੇ ਸੌੜ ਪਲੰਗ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮੂਰਖਾਂ ਦੀਆਂ ਨਿਸ਼ਾਨੀਆਂ ਦਸੀਆਂ ਕਿ ਜੇ ਕਿਤੇ ਸੱਚੀ ਬੰਦਾ ਕੋਪ ਵਿੱਚ ਖੁਆਰ ਹੋ ਕੇ ਬੋਲਦਾ ਤੇ ਕਹਿਣ ਲੱਗੇ ਉਹ ਬੋਲਣਾ ਨਹੀਂ ਹੁੰਦਾ ਭੌਂਕਣਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੋਲਤ ਬੋਲਤ ਬੜੇ ਵਕਾਰਾ ਜਿਹੜੇ ਬੋਲਣ ਦੇ ਨਾਲ ਵਕਾਰ ਵਦਨ ਝਗੜਾ ਵਦਨਾ ਉਹਦੇ ਨਾਲੋਂ ਚੰਗਾ ਵੀ ਉਥੇ ਨਾ ਬੋਲਿਆ ਜਾਏ ਉਹਦੇ ਨਾਲੋਂ ਚੰਗਾ ਉਥੇ ਹਾਰ ਮੰਨ ਲੈਣੀ ਚੰਗੀ ਹੈ ਬڑے-ਬڑے ਗੁਰਸਿੱਖ ਇਦਾਂ ਦੇ ਪਿਆਰੇ ਹੋਏ ਜਿੱਥੇ ਕੋਈ ਸਵਾਲਾਂ ਦੇ ਜਵਾਬ ਦੇ ਸਕਦੇ ਸਨ ਪਰ ਉਥੇ ਫਿਰ ਵੀ ਵੇਖਿਆ ਕਿ ਨਹੀਂ ਦਿੱਤਾ ਗਿਆ ਕਾਰਨ ਕਿਉਂ ਇਹ ਉਹੀ ਸੀ ਵਿੱਚ ਝਗੜਾ ਨਹੀਂ ਕਰਨਾ ਉਹਨਾਂ ਨੇ ਸਮਝਣਾ ਨਹੀਂ ਉਹਨਾਂ ਬਹਿਸ ਕਰਨੀ ਹੈ بڑے-ਬڑے ਪਿਆਰੇ ਗੁਰਸਿੱਖ ਹੋਏ ਆ ਐਸੇ ਗੁਰਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ ਜਿਨ੍ਹਾਂ ਦੇ ਪਤਾ ਨਾਲ ਗੱਲ ਸਮਝ ਲੈਣੀ ਉਹਨਾਂ ਨੂੰ ਤਾਂ ਇਸ਼ਾਰਾ ਹੀ ਕਰਦੇ ਸਨ ਸਮਝ ਲੈਂਦੇ ਸਨ ਅਗਲੇ ਜਿੱਥੇ ਵੇਖਿਆ ਨਾ ਵੀ ਇੱਥੇ ਮਸ਼ਕਰੇ ਬੈਠੇ ਨੇ ਮਸ਼کریاں ਕਰਨੀਆਂ ਜਿੰਨਾ ਉਥੇ ਗੱਲ ਸਮਝਾਉਣ ਦਾ ਫਾਇਦਾ ਵੀ ਕੋਈ ਨਹੀਂ ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਬਾਣੀ ਚ ਕਬੀਰ RAM RATAN MUKH KOTHRI PAR KHAGE KHOOL ਕਹਿੰਦੇ ਰੱਬ ਦੇ ਨਾਮ ਦੀ ਗੱਲ ਕਰਨੀ ਮਸ਼ਕਰਿਆਂ ਅੱਗੇ ਪੰਡਾਣਾ ਖੋਲੀ ਜਾਂ ਆਪਣੀਆਂ ਰੱਬ ਦਾ ਪਾਰਖੂ ਹੋਊਗਾ ਨਾ ਉਹਦੇ ਅੱਗੇ ਗੰਡ ਖੋਲੀ ਜਾਏਗਾ ਸਵਾਦ ਵੀ ਗੱਲ ਕਰਨ ਦਾ ਆਏਗਾ ਸੁਣਾਉਣ ਦਾ ਤੇ ਸੁਣਨ ਦਾ ਵੀ ਮਜਾ ਆਏਗਾ ਕਬੀਰ RAM ਰਤਨਮੁਖ ਕੋਥਰੀ 파ਰਖ ਆਗੇ ਖੋਲ ਕੋਈ ਆਏ ਮਿਲੇਗੂ ਗਾਹੀ ਲਹੰਗੋ ਮਹੰਗੇ ਮੋਲ ਕੋਈ ਗਾਕ ਮਿਲ ਗਿਆ ਨਾ ਉਹ ਜੇ ਤੇ ਬੜੇ ਮਹੰਗੇ ਮੁੱਲ ਗਰਬ ਦੀਆਂ ਗੱਲਾਂ ਨੂੰ ਵਿਚਾਰੇਗਾ ਸੁਣੇਗਾ ਜਾਣੇਗਾ ਤੇ ਗ੍ਰਹਿਣ ਕਰਕੇ ਲੈ ਕੇ ਜਾਏਗਾ ਬੋਲਤ ਬੋਲਤ ਬੜੇ ਬਕਾਰਾ ਜਿਹੜੇ ਬੋਲਣਾ ਸਿਰਫ ਵਕਾਰ ਵਧਣੇ ਆ ਬਿਨ ਬੋਲੇ ਜਾਣੇ ਸਭ ਕੁਝ ਸੋਏ ਮਾਲਕ ਸਾਡੇ ਅੰਦਰ ਦੀਆਂ ਜਾਣਦਾ ਹੈ ਉਸ ਪਰਮਾਤਮਾ ਅੱਗੇ ਬਹਿਸ ਕਰਨਾ ਰੱਬ ਦੇ ਨਾਲ ਵਾਧੂ ਬੋਲਣਾ ਵੀ ਸਾਡੀ ਮੂਰਖਤਾਈ ਹੈ। ਉੱਥੇ ਵੀ ਸਿਰ ਅੜਾਈ ਜਾਣਾ ਬੈਸੀ ਜਾਣਾ ਪਾਛਾ ਕਹਿੰਦੇ ਵੱਡੇ ਵਿਕਾਰਾ ਵਿਕਾਰਾਂ ਨੂੰ ਵਧਾਉਣ ਵਾਲੀ ਗੱਲ ਹੈ ਤੇ ਸਾਡੇ ਪਰਿਵਾਰਾਂ ਦੇ ਜੀਆਂ ਦੇ ਝਗੜੇ ਕਰਾ ਦਾ ਕਾਰਨ ਵੀ ਵਧੇਰੇ ਹੋਈ ਹੈ ਨਾ ਬੰਦਾ ਬੈਸਦਾ ਆ ਆਪਣੇ ਆਪ ਨੂੰ ਹਰ ਬੰਦਾ ਸੱਚਾ ਸਾਬਤ ਕਰਨ ਵਾਸਤੇ ਉੱਚੀ ਉੱਚੀ ਬੋਲ ਕਹਦਾ ਮੈਂ ਸੱਚਾ ਵਾਂ ਪਰ ਜਿਹੜਾ ਸੱਚਾ ਉਹ ਬਿਲਕੁਲ ਚੁੱਪ ਵੀ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਸਿਆਣਿਆਂ ਦੇ ਸੱਚਾ ਸ਼ਾਂਤ ਹੁੰਦਾ ਹੈ ਤੇ ਝੂਠਾ ਰੌਲਾ ਪਾਉਂਦਾ ਹੈ ਝੂਠਾ ਦੱਸਦਾ ਹੈ ਕਿ ਉੱਚੀ ਉੱਚੀ ਰੋ ਕੇ ਰੜਿੰਗ ਕੇ ਬੋਲ ਕੇ ਵੀ ਮੈਂ ਸੱਚਾ ਜੇ ਤੇ ਜਿਹੜਾ ਸੱਚਾ ਉਹ ਚੁੱਪ ਵੀ ਉਹਦੀ ਚੁੱਪ ਵਿੱਚ ਵੀ ਉਹਦਾ ਸੱਚ ਬੋਲਦਾ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬੋਲਤ ਬੋਲਤ ਬੜੇ ਵਿਚਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਪਰ ਇਹ ਵੀ ਗੱਲ ਕਿਹਾ ਵੀ ਬਿਨਾ ਬੋਲੇ ਚੁੱਪ ਵੀ ਨਹੀਂ ਰਹਿਣਾ ਕਹਿੰਦੇ ਬਿਨਾ ਬੋਲੇ ਤੋਂ ਵੀ ਵਿਚਾਰ ਕਿਵੇਂ ਕਰ ਲਵਾਂਗੇ ਜੇ ਤੇ ਆਖਾਂ ਕਿ ਬਿਲਕੁਲ ਹੀ ਬੋਲਣਾ ਹੀ ਛੱਡ ਦਈਏ ਚੁੱਪ ਹੀ ਰਹਿ ਜਾਈਏ ਰੱਬ ਦੀ ਵਿਚਾਰ ਕਿਵੇਂ ਕਰਾਂਗੇ ਕਿਸੇ ਭੁੱਲੇ ਹੋਏ ਨੂੰ ਸਿੱਧਾ ਰਸਤਾ ਕਿਵੇਂ ਵਿਖਾਵਾਂਗੇ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਫਿਰ ਗੱਲ ਆ ਦਸੀ ਉਹਨਾਂ ਨੇ ਬੋਲਦਾ ਬਧੇਰੇ ਕੌਣ ਹੈ ਸ਼ੂਸ਼ਾ ਕੜਾ ਖਾਲੀ ਕੜਾ ਸ਼ੂਸ਼ਾ ਘਟ ਮੈਨੇ ਕੜਾ ਜਿੰਨਾ ਅੰਦਰੋਂ ਬੰਦਾ ਖੋਖਾ ਹੋਏਗਾ ਜਿੰਨਾ ਅੰਦਰੋਂ ਖਾਲੀ ਉਹਨਾ ਵੱਧ ਬੋਲੇਗਾ ਮਸੰਦ ਅੰਦਰੋਂ ਖਾਲੀ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਉੱਚੀ ਉੱਚੀ ਬੋਲਣ ਲੱਗ ਪਏ ਮਾ ਰਾਇ ਨੇ ਤਾੜਨਾ ਕੀਤੀ ਝਿੜਕਿਆ ਵੀ ਪਰ ਉਹ ਮਾਤਾ ਗੁਜਰ ਕੌਰ ਕੋਲ ਜਾ ਕੇ ਕਹਿਣ ਲੱਗੇ ਪਤਾ ਨਹੀਂ ਗੋਬਿੰਦ ਸਿੰਘ ਨੂੰ ਹੋ ਕੀ ਗਿਆ ਪਤਾ ਨਹੀਂ ਗੁਰੂ ਗੋਬਨ ਸਿੰਘ ਸਾਹਿਬ ਨੂੰ ਕਿਸੇ ਨੇ ਕੀ ਚੁਕਣਾ ਦੇ ਦਿੱਤੀ ਐ ਸਾਡੀ ਤੇ ਸੁਣਦਾ ਹੀ ਨਹੀਂ ਹੈ ਗਲਤ ਸੀ ਪਰ ਉੱਚੀ ਉੱਚੀ ਰੌਲਾ ਪਾ ਕੇ ਸਾਬਤ ਕਰ ਰਹੇ ਨੇ ਵੀ ਅਸੀਂ ਸੱਚੇ ਆ ਜਿੱਦਨ ਮਸੰਦਾਂ ਦਾ ਪਾਜ ਭੰਡਾਂ ਨੇ ਸਾਹਮਣੇ ਉਗੇੜ ਦਿੱਤਾ ਸੰਗਤ ਦੇ ਸਾਹਮਣੇ ਮਹਾਰਾਜ ਦੇ ਸਾਹਮਣੇ ਉਦਨ ਮਸੰਦਾਂ ਨੂੰ ਵੀ ਪਤਾ ਲੱਗਾ ਵੀ ਅਸੀਂ ਕਰਦੇ ਕੀ ਆ ਉਹਨਾਂ ਨੂੰ ਲੱਗਦਾ ਵੀ ਸ਼ਦ ਸਾਡੇ ਬਾਰੇ ਪਤਾ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੇਰਾ ਗੁਰੂ ਹੈ ਉਹ ਤਾਂ ਸਭ ਦੀ ਜਾਣਦਾ ਪਰ ਜਾਣ ਬੁੱਝ ਕੇ ਬੰਦਾ ਆਖੇ ਜੀ ਮੈਂ ਤੇ ਕੱਖ ਕਰਦਾ ਹੀ ਨਹੀਂ ਜੀ ਮੇਰੇ ਚ ਤੇ ਔਗਣ ਹੀ ਕੋਈ ਨਹੀਂ ਸਤਿਗੁਰੂ ਕੋਲ ਸਭ ਕੁਝ ਹੈ ਬੰਦਿਆ ਤੇਰੇ ਕੱਲੇ-ਕੱਲੇ ਕਰਮ ਦਾ ਚੱਠਾ ਗੁਰੂ ਗੋਬਿੰਦ ਸਿੰਘ ਸਾਹਿਬ ਕੋ ਹੈ ਉਥੇ ਆਪਣੇ ਔਗਣ ਆਪਣੇ ਗੁਨਾ ਛੁਪਾ ਨਾ ਸਗੋ ਮਨ ਕੀ ਮੈਂ ਔਗਣਾ ਦਾ ਭਰਿਆ ਇੱਥੇ ਤਾਂ ਮੰਨਣ ਵਿੱਚ ਹੀ ਪੜਾਈ ਆ ਜਿੰਨੇ ਮੰਨ ਕੇ ਆਏ ਉਹਨੇ ਗੁਰੂ ਗੋਬਿੰਦ ਸਿੰਘ ਨੇ ਬਖਸ਼ੇ ਆ ਤੇ ਜਿੰਨੇ ਆਕੜਦੇ ਹੀ ਉਹਨੇ ਉਹਨਾਂ ਮੁਸ਼ਕਾਂ ਬਨ ਬਨ ਟੰਗੇ ਆ ਫਿਰ ਉਹਨੇ ਕੋ ਗੇ ਮਸੰਦ ਵਰਗੇ ਚਿਤ ਤੋਂ ਮਸੰਦ ਵਰਗੇ ਆਕੜ ਗਏ ਸਨ ਨਹੀਂ ਅਹੀਂ ਗੁਰੂ ਗੋਬਿੰਦ ਸਿੰਘ ਕੁਝ ਕੀਤਾ ਤੂੰ ਹੱਟ ਤੇ ਠੂਠਾ ਦੋਸ਼ ਲਾਉਂਦੇ ਜੇ ਤੇ ਜਿੱਦਣ ਫਰਕ ਕਰ ਲਈ ਤਾ ਰਾ ਪਾਤਸ਼ਾਹ ਨੇ ਸਬ ਦੇ ਸਾਹਮਣੇ ਉਹਨਾਂ ਦਾ ਪਾਜੋ ਗੇੜਿਆ ਫਿਰ ਧਰਤੀ ਵੀ ਇਹ ਨਹੀਂ ਦਿੰਦੀ ਧਰਤੀ ਤੋਂ ਸਿਰ ਤਾਂ ਨਹੀਂ ਚੁੱਕਿਆ ਜਾਂਦਾ ਪੈਂਦੇ ਖਾਨ ਨੇ ਬਾਜ ਲੈ ਕੇ ਮੁਕਰ ਗਿਆ ਪੈਂਦੇ ਖਾਨ ਦਾ ਜਵਾਈ ਮੁਕਰ ਗਿਆ ਬਾਜ ਛੇਵੇਂ ਪਾਤਸ਼ਾਹ ਦਾ ਲੈ ਕੇ ਪੈਂਦੇ ਖਾਂ ਗਿਆ ਤੇ ਅਗੂ ਦੇ ਜਵਾਈ ਨੇ ਲੈ ਲਿਆ ਤੇ ਮੁਕਰ ਗਏ ਜੀ ਦੋਵੇਂ ਜਾਣੇ ਸਹਰਾ ਹੀ ਮੁਕਰ ਗਿਆ ਜਵਾਈ ਵੀ ਮੁਕਰ ਗਿਆ ਤੇ ਆਉਂਦਾ ਰੋਜ਼ ਗੁਰੂਵਾਰ ਗੋਬਿੰਦ ਸਿੰਘ ਸਾਹਿਬ ਕੋਲ ਆ ਪੈਂਦੇ ਖਾਂ ਇਹ ਜਿਹੜੀ ਕਰਤਾਰਪੁਰ ਦੀ ਜੰਗ ਹੋਈ ਉਹਦਾ ਕਾਰਨ ਇੱਕ ਇਹ ਵੀ ਸੀਗਾ ਵੀ ਝੂਠ ਬੋਲਦਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੋਰ ਕੁਝ ਵਸਤਾਂ ਵੀ ਇਹਨਾਂ ਖੜੀਆਂ ਸੀ ਪਰ ਲੁਕਾ ਕੇ ਮੁੱਕਰ ਗਿਆ ਵੀ ਮੈਂ ਖੜੀਆਂ ਹੀ ਕੁਝ ਨਹੀਂ ਤੇ ਲੱਭ ਵੀ ਜਦੋਂ ਘਰੋਂ ਗਈਆਂ ਮੁੜ ਕੇ ਮੁੜ ਕੇ ਕਹਿੰਦਾ ਮੇਰੀ ਬੇਇੱਜ਼ਤੀ ਕੀਤੀ ਹਰ ਕੋਈ ਬੰਦਾ ਸਾਹਿਬ ਨੇ ਗੁਰੂ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ ਆ ਜੇ ਸਤਗੁਰੂ ਕਹਿੰਦੇ ਨੇ ਜਿਸ ਗੁਰੂ ਦੇ ਅੱਗੇ ਮੇਰਾ ਵਾਸੀ ਕੋਈ ਨਹੀਂ ਚੱਲਣਾ ਤੇ ਮੈਂ ਉੱਥੇ ਬੈਸਾਂ ਹੀ ਕਿਉਂ ਕਰਾਂ ਇਸ ਕਰਕੇ ਕਹਿੰਦੇ ਬੈਸ ਤੇ ਉਹ ਕਰੇਗਾ ਝਗੜਾ ਤੇ ਉਹ ਕਰ ਜਿਹੜਾ ਅੰਦਰੋਂ ਖੋਖਾ ਹੈ ਅੰਦਰੋਂ ਖਾਲੀ ਅੰਦਰੋਂ ਸਖਣਾ ਹੈ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਬੂ ਨ ਡੋਲ ਜਿਹੜਾ ਅੰਦਰੋਂ ਭਰਿਆ ਇਕਾਗਰਤਾ ਵਾਲਾ ਜਿਹਦੇ ਅੰਦਰ ਕੋਈ ਚਿੰਗ ਹੈ ਰੱਬ ਦੇ ਨਾਮ ਵਾਲੀ ਉਹ ਕਬੂ ਨ ਡੋਲੇ ਉਹ ਭਰੋਸਾ ਰੱਖਦਾ ਹੈ ਮਾਲਕ ਉਤੇ ਉਹ ਦਰਦਰ ਤੇ ਜਾਂਦਾ ਨਹੀਂ ਥਾਂ ਥਾਂ ਤੇ ਵੇਂਦਾ ਨਹੀਂ ਡੋਲਦਾ ਨਹੀਂ ਉਹਦਾ ਭਰੋਸਾ ਬੱਜਾ ਗੁਰੂ ਉਤੇ ਜਿਹੜਾ ਅੰਦਰੋਂ ਜਿੰਨਾ ਸਖਣਾ ਓਨਾ ਵੱਧ ਬੋਲੂ ਓਨਾ ਦਰਦ-ਦਰ ਫਿਰੂ ਓਨਾ ਥਾਂ ਠੋਕਰਾਂ ਖਾਊ ਜਿੰਨਾ ਅੰਦਰੋਂ ਟਿਕਿਆ ਹੋਊਗਾ ਗੁਰੂ ਤੇ ਭਰੋਸਾ ਹੋਊ ਓਨਾ ਸ਼ਾਂਤ ਹੋਊ ਓਨਾ ਭਰੋਸੇ ਵਾਲਾ ਹੋਊ ਓਨਾ ਗੁਰੂ ਦੇ ਨੇੜੇ ਹੋਊ ਸਤਿਗੁਰ ਕਹਿੰਦੇ ਇਸ ਕਰਕੇ ਕਹੋ ਕਬੀਰ ਸ਼ੂਸ਼ਾ ਕੱਟ ਬੋਲੇ ਭਰਿਆ ਹੋਏ ਸੁਕਬ ਹੂ ਨਾ ਡੋਲੇ ਜਿਹੜਾ ਭਰਿਆ ਹੈ ਜਿਹਦੇ ਅੰਦਰੋਂ ਖਾਲੀ ਘੜਾ ਹੋਵੇ ਤੇ ਆਵਾਜ਼ ਉਂਗਲ ਵੀ ਮਾਰੀ ਐ ਨਾ ਆਵਾਜ਼ ਬੜੀ ਆਉਂਦੀ ਤੇ ਜੇ ਉਹਦੇ ਚੋਂ ਪਹਿਲਾਂ ਹੀ ਪਾਣੀ ਭਰਿਆ ਤੇ ਜਿੰਨੀਆਂ ਮਰ ਉਂਗਲਾ ਮਾਰੋ ਆਵਾਜ਼ ਨਹੀਂ ਆਉਣੀ ਆਉਂਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਜਿਹੜਾ ਅੰਦਰੋਂ ਸਖਣਾ ਹੋ ਗਿਆ ਨਾ ਮਨ ਇਹਨੂੰ ਭਰ ਲੈ ਬਾਣੀ ਨਾਲ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦੇ ਉਂਦੇ ਕਵਲ ਦਿਸਣ ਖਰੇ ਕ੍ਰੂਪ ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਣੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਉਹ ਅਸਲ ਗਦੇ ਉਹ ਮਨੁੱਖ ਨੇ ਜਿਹੜੇ ਬਿਨਾ ਕਿਸੇ ਗੱਲ ਦਾ ਹੰਕਾਰ ਕਰੀ ਜਾਣ ਤੇ ਆਪਣੇ ਆਪ ਨੂੰ ਵੱਡਾ ਹੀ ਕਰੀ ਜਾਣ ਅੰਦਰੋਂ ਅੰਨੇ ਨੇ ਗੁਰੂ ਸੱਚੇ ਪਾਤਸ਼ਾਹ ਕਿੰਨੇ ਲਗੇ ਉਹਨਾਂ ਦੇ ਅੰਦਰਲੇ ਭਾਂਡੇ ਮੂਧੇ ਹੋਏ ਪਏ ਨੇ ਮਨ ਅੰਦੇ ਉੰਦੇ ਕਵਲ ਕਮਲ ਦਾ ਅਰਥ ਕਮਲ ਰੂਪੀ ਫੁੱਲ ਅੰਦਰੋਂ ਉਹਦਾ ਮੈਨੇ ਮੂਧਾ ਪਿਆ ਉਹਨਾਂ ਦਾ ਅੰਦਰਲਾ ਭਾਂਡਾ ਸਖਣਾ ਤੇ ਮੂਧਾ ਹੁਣ ਭਾਂਡਾ ਸਿੱਧਾ ਹੋਵੇ ਤੇ ਕੁਝ ਪੈ ਜੇ ਨਾ ਵਿੱਚ ਜਿਹੜਾ ਹੈ ਹੀ ਮੂਧਾ ਉਹਦੇ ਭਾਂਡੇ ਕਾਛ ਨਾ ਸਮਾਵੈ ਸਿੱਧੇ ਅੰਮ੍ਰਿਤ ਪਵੇ ਨਿਹਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਆਉਂਦਾ ਰਹੇ ਬੰਦਿਆ ਜੇ ਭਾਂਡਾ ਪੁੱਠਾ ਵੀ ਹੈ ਤੇ ਗੁਰੂ ਸਿੱਧਾ ਕਰੂਗਾ ਤੇ ਜੇ ਸਿੱਧਾ ਵੀ ਕਰੂਗਾ ਫਿਰ ਭਰੇਗਾ ਵੀ ਸਤਿਗੁਰ ਕਹਿੰਦੇ ਇਸ ਕਰਕੇ ਗੁਰੂ ਕੋਲ ਆਉਂਦਾ ਰਹੀਂ ਜੁੜਿਆ ਰਹੀਂ ਇਹਨੇ ਭਰਿਆਂ ਨੂੰ ਵੀ ਸਖਣਿਆਂ ਤੇ ਸਖਣਿਆਂ ਨੂੰ ਵੀ ਭਰਿਆ ਇਹ ਇਹਦੀ ਖੇਡ ਹੈ ਪਤਾ ਨਹੀਂ ਕਿਹੜੇ ਵੇਲੇ ਦਾ ਭਰਿਆ ਭਾਂਡਾ ਮੂਦਾ ਕਰਕੇ ਸਖਣਾ ਕਰ ਦਵੇ ਤੇ ਕਿਹਦਾ ਸਖਣੇ ਹੋਵੇ ਦਾ ਮੂਦਾ ਵੀ ਸਿੱਧਾ ਕਰਕੇ ਭਰ ਦਵੇ ਇਹ ਉਹਦੀ ਖੇਡ ਹੈ ਊਣੇ ਭਰੇ ਭਰੇ ਸੁਖ ਨਾਵੇ ਇਹ ਉਹਦੀ ਮਾਰ ਸੱਚੇ ਪਾਤਸ਼ਾਹ ਕਹਿੰਦੇ ਇਹ ਵਾਏ ਗੁਰੂ ਦੀ ਖੇਡ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਆਪਣੇ ਹਿਰਦੇ ਦਾ ਜਿੰਨਾ ਭਾਂਡਾ ਖਾਲੀ ਓਨਾ ਵਧਿਕ ਬੋਲੂ ਜਿੰਨਾ ਅੰਦਰੋਂ ਭਰਿਆ ਓਨਾ ਰੱਬ ਦੇ ਨੇੜੇ ਤੇ ਰੱਬ ਦੇ ਬੰਦਿਆਂ ਦੀ ਸੰਗਤ ਕਰਕੇ ਸਿੱਖੇਗਾ ਰੱਬ ਦੀ ਬਾਣੀ ਸਿੱਖੇਗਾ ਗੁਰੂ ਦੀਆਂ ਬਾਤਾਂ ਸਿੱਖੇਗਾ ਜਾਣੇਗਾ ਵਿਚਾਰੇਗਾ ਇਹ ਗੁਰਸਿੱਖ ਦੀ ਨਿਸ਼ਾਨੀ ਹੈ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ